ਐਨਆਰਆਈ ਟੀਵੀ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਸਾਰੇ ਹੀ ਸਰੋਤਿਆਂ ਦਾ ਇਸ ਗੱਲੋਂ ਹਾਰਦਿਕ ਧੰਨਵਾਦ ਵੀ ਕਰਦੇ ਹਾਂ ਕਿ ਜਿਹੜੀਆਂ ਸਾਹਿਤਕ ਪ੍ਰੋਗਰਾਮ ਹੁੰਦੇ ਨੇ ਉਹ ਸਾਡੇ ਬੜੇ ਚਾਅ ਦੇ ਨਾਲ ਸੁਣਦੇ ਨੇ, ਕਿਉਂਕਿ ਸਾਹਿਤ ਦੇ ਵਿੱਚ ਬੜਾ ਕੁਛ ਛੁਪਿਆ ਹੁੰਦਾ, ਬੜਾ ਕੁਛ ਲੁਕਿਆ ਹੁੰਦਾ। ਸਾਹਿਤ ਦੇ ਨਾਲ ਇਤਿਹਾਸਿਕ ਬਾਤਾਂ ਵੀ ਪੈਂਦੀਆਂ ਨੇ ਅਤੇ ਜੋ ਕੁਛ ਇਸ ਧਰਤੀ 'ਤੇ ਵਾਪਰਿਆ ਕਈ ਵਾਰ ਉਹ ਸਾਰੀ ਜਿਹੜੀ ਉਸਦਾ ਇੱਕ ਇਤਿਹਾਸ ਆ ਜਾਂ ਆਪਾਂ ਕਹਿ ਲਈਏ ਕਿ ਉਹਦਾ ਪਿਛੋਕੜ, ਉਹਦਾ ਭਵਿੱਖ, ਉਹਦੇ ਬਾਰੇ ਜਿਹੜਾ ਸਾਹਿਤ ਦੇ ਰਾਹੀਂ ਦੱਸਿਆ ਜਾਂਦਾ। ਅਤੇ ਜਿਹੜਾ ਸਾਡਾ ਪ੍ਰੋਗਰਾਮ ਹੈ ਯਾਦਾਂ ਦੇ ਪੱਤਰ, ਇਸ ਕਰਕੇ ਸ਼ੁਰੂ ਕੀਤਾ ਕਿ ਇਹਦੇ ਵਿੱਚ ਜਿਹੜੇ ਸਾਡੇ ਪੁਰਾਣੇ ਸਾਹਿਤਕਾਰ ਨੇ, ਕਈ ਇਸ ਦੁਨੀਆਂ ਤੋਂ ਜਿਹੜੇ ਜਾ ਵੀ ਚੁੱਕੇ ਨੇ, ਉਹਨਾਂ ਦੀ ਬਾਤ ਪਾਈ ਜਾਵੇ, ਉਹਨਾਂ ਦੀ ਗੱਲ ਕੀਤੀ ਜਾਵੇ, ਉਹ ਕਿਹੋ ਜਿਹੀ ਰਚਨਾ ਲਿਖਦੇ ਸੀਗੇ, ਕਿਹੜੀ ਉਹਨਾਂ ਦੀ ਵਿਧਾ ਸੀ ਅਤੇ ਕੀ ਉਹਨਾਂ ਦਾ ਮਕਸਦ ਸੀ ਸਾਹਿਤ ਲਿਖਣ ਦਾ, ਕਿਹੜੀ ਗੱਲ ਉਹ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਸੀ। ਇਸ ਪ੍ਰੋਗਰਾਮ ਦੇ ਵਿੱਚ ਇਹ ਸਾਰੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਰੀਸ਼ ਗਰੋਵਰ ਜੀ ਉਰਫ ਹਰੀਸ਼ ਪ੍ਰਭੂ ਜੀ ਹਮੇਸ਼ਾ ਨਾਲ ਹੁੰਦੇ ਨੇ ਅਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਗਰੋਵਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਅਤੇ ਬਹੁਤ ਬਹੁਤ ਸਵਾਗਤ ਜੀ ਆਪ ਜੀ ਦਾ। ਇਹ ਧੰਨਵਾਦ ਤਾਂ ਤੁਹਾਡਾ ਜੀ ਅਤੇ ਤੁਹਾਡੇ ਚੈਨਲ ਦਾ ਜਿਹੜਾ ਸਾਨੂੰ ਪਲੇਟਫਾਰਮ 'ਤੇ ਲੈ ਕੇ ਆਉਂਦਾ ਅਤੇ ਉਹਨਾਂ ਦਰਸ਼ਕਾਂ ਦਾ ਜੋ ਸਾਨੂੰ ਦੇਖਦੇ ਨੇ ਅਤੇ ਸੁਣਾਉਂਦੇ ਨੇ। ਧੰਨਵਾਦ ਜੀ। ਅਤੇ ਅੱਜ ਆਪਾਂ ਕਿਹੜੇ ਸਾਹਿਤਕਾਰ ਦੀ ਗੱਲ ਕਰ ਰਹੇ ਹਾਂ ਜੀ? ਯਾਦਾਂ ਦੇ ਪੱਤਰ ਵਿੱਚ ਪਹਿਲਾਂ ਆਪਾਂ ਪੰਨੂ ਸਾਹਿਬ ਗੱਲ ਕੀਤੀ ਹੋਈ ਹੈ, ਅੰਮ੍ਰਿਤਾ ਪ੍ਰੀਤਮ ਦੀ ਜੀ, ਸ਼ਿਵ ਕੁਮਾਰ ਬਟਾਲਵੀ ਦੀ, ਪ੍ਰੋਫੈਸਰ ਪੂਰਨ ਸਿੰਘ ਦੀ ਅਤੇ ਧਨੀ ਰਾਮ ਚਾਤਰ ਦੀ ਜੀ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੀ ਕਿ ਆਪਾਂ ਨੂੰ ਬਹੁਤ ਪਹਿਲਾਂ ਕਰਨੀ ਚਾਹੀਦੀ ਸੀ ਜੀ, ਲੇਕਿਨ ਅੱਜ ਆਪਾਂ ਗੱਲ ਕਰਦੇ ਹਾਂ ਪ੍ਰੋਫੈਸਰ ਮੋਹਨ ਸਿੰਘ, ਵਾਹ ਜੀ ਵਾਹ, ਪ੍ਰੋਫੈਸਰ ਮੋਹਨ ਸਿੰਘ ਬਾਰੇ ਗੱਲ ਕਰਦੇ ਹਾਂ ਜਿਹਨੇ ਲਿਖਿਆ ਕਿ ਅਸੀਂ ਨਵਾਣੇ ਸਾਵੇ ਪੱਤਰ। ਵਾਹ, ਸਾਵੇ ਪੱਤਰ ਹੁੰਦੇ ਨੇ ਜਿਹੜੇ ਹਰਿਆਂ ਤੋਂ ਪੀਲੇ ਹੋ ਜਾਂਦੇ ਨੇ, ਚੜ੍ਹਨ ਲੱਗ ਪੈਂਦੇ ਨੇ ਜੀ, ਸੰਤਰੋਂ ਪਾਉਂਦੀ ਹੈ ਸਾਰੇ ਪੀਲੇ ਜੀ ਹੋ ਜਾਂਦੇ, ਉਹਨੂੰ ਸਾਵੇ ਕਹਿੰਦੇ। ਅਸੀਂ ਨਵਾਣੇ ਸਾਵੇ ਪੱਤਰ, ਸਾਨੂੰ ਕੌਣ ਖਿਆਲੇ। ਵਾਹ, ਜਿਵੇਂ ਭਾਈ ਵੀਰ ਸਿੰਘ ਨਾ ਮੇਰੇ ਛੁਪੇ ਰਹਿਣ ਦੀ ਚਾਰ ਸ਼ਿਫਤ ਜਾਣ ਦੀ, ਉਸ ਤਰ੍ਹਾਂ ਇਹਨੇ ਕਿਹਾ ਦੋ ਦਿਨਾਂ ਸ਼ਾਂ ਫੁੱਲ ਦੀ ਸੁੱਤੇ, ਦੋ ਦਿਨ ਸ਼ਾਂ ਫੁੱਲ ਦੀ ਸੁੱਤੇ, ਜਾਗੇ ਸਾਡੇ ਤਾਲੇ, ਸੋਹਣੇ ਦੇ ਗੁਲਦਸਤੇ ਕਾਤਰ, ਜਾਣ ਜਦੋਂ ਉਹ ਲੱਗੀ ਆ ਕੇ ਤਸ ਅਸਾਂ ਉੱਤੇ ਵੀ ਰਹਿ ਗਿਆ ਸਾਨੂੰ ਨਾਲ। ਵਾਹ ਜੀ ਵਾਹ, ਅਸੀਂ ਨਮਾਣੇ ਸਾਵੇ ਪੱਤਰ, ਸਾਨੂੰ ਫੋਨ ਕਰੇ। ਦੇਖੋ ਇਹਦੇ ਵਿੱਚ ਜਿਹੜੀ ਉਹਦੀ ਬਿਰਤੀ ਹੈ ਜੀ, ਉਹ ਕੁਦਰਤ ਹੈ ਵੀ ਸਮੇਂ ਜਿਹੜਾ ਉਹਨੂੰ ਕੋਈ ਰੋਕ ਨਹੀਂ ਸਕਦਾ, ਸਮੇਂ ਦੇ ਨਾਲ ਹਰ ਮਨੁੱਖ ਨੇ ਆਪਣਾ ਜਿਹੜਾ ਕਾਰਜ ਕਰਕੇ ਹੁਣ ਚਲੇ ਜਾਣਾ, ਪਰ ਜਿਹੜੇ ਚੰਗੇ ਪੱਤਰ ਹੁੰਦੇ ਨੇ ਨਾ ਉਹਨਾਂ ਪੱਤਰਾਂ ਨੂੰ ਲੋਕ ਨਹੀਂ ਪਛਾਣਦਾ, ਲੇਕਿਨ ਸਾਵੇ ਪੱਤਰਾਂ ਤਾਂ ਕਹਿੰਦੇ ਜਾਣਾ ਜੀ। ਜਿਵੇਂ ਸ਼ਿਵ ਕੁਮਾਰ ਨੇ ਕਿਹਾ ਸੀ ਵੀ ਅਸੀਂ ਤਾਂ ਜਦੋਂ ਉੱਤੇ ਮਰਨਾ, ਜੀਉਂਦਿਆਂ ਤਾਂ ਉਹਦੀ ਕਬਰ ਕੋਈ ਨਹੀਂ, ਕਦਰ ਕੋਈ ਨਹੀਂ, ਪਰ ਜਦੋਂ ਬੰਦਾ ਤੁਰ ਜਾਂਦਾ ਫਿਰ ਉਸ ਤੋਂ ਬਾਅਦ ਉਹਦੀ ਕਦਰ ਹੁੰਦੀ। ਸੋ ਇਹ ਅਸੀਂ ਜਿਹੜੀ ਗੱਲ ਕਰਨੀ ਅੱਜ ਪ੍ਰੋਫੈਸਰ ਮੋਹਨ ਸਿੰਘ ਦੀ ਕਰਾਂ ਜੀ, ਜੀ ਹੁਕਮ ਕਰੋ। ਅਤੇ ਬਿਲਕੁਲ ਜੀ, ਅੱਜ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰਾਂਗੇ। ਅਤੇ ਗੁਰੂਵਰ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਆ ਸਾਵੇ ਪੱਤਰਾਂ ਦੀ ਗੱਲ ਕੀਤੀ ਆ, ਅਤੇ ਫਿਰ ਪ੍ਰੋਫੈਸਰ ਮੋਹਨ ਸਿੰਘ ਵੀ ਆਪਾਂ ਕਿਹੜੀ ਵਿਧਾ ਦੇ ਵਿੱਚ ਇਹਨਾਂ ਨੇ ਲਿਖਿਆ, ਕਿਹੜੀ ਵਿਧਾ ਦੇ ਇਹਨਾਂ ਨੂੰ ਆਪਾਂ ਜਿਹੜੇ ਲੇਖਕ ਕਹਿ ਸਕਦੇ? ਦੇਖੋ ਜੀ, ਪ੍ਰੋਫੈਸਰ ਮੋਹਨ ਸਿੰਘ ਨੇ ਬੇਸਿਕਲੀ ਅਸੀਂ ਇਹਨੂੰ ਕਵੀ ਕਹਿੰਦੇ ਹਾਂ ਜੀ, ਅਤੇ ਕਵੀ ਦੇ ਤੌਰ 'ਤੇ ਉਹ ਸਾਡੇ ਸਾਨੂੰ ਹੋਏ ਨੇ, ਅਸੀਂ ਉਹਨੂੰ ਆਧੁਨਿਕ ਕਵੀ ਕਹਿ ਰਹੇ ਹਾਂ, ਆਧੁਨਿਕਤਾ ਦਾ ਕਵੀ, ਅਤੇ ਆਧੁਨਿਕ ਦੂਜੀ ਪੀੜ੍ਹੀ ਦਾ ਕਵੀ ਸੀ, ਇਸ ਕਰਕੇ ਇਹਨਾਂ ਦੀਆਂ ਜਿੰਨੀਆਂ ਕਵਿਤਾਵਾਂ ਨੇ ਉਹ ਸਾਰੀਆਂ ਕਵੀ ਕਰਕੇ ਮਸ਼ਹੂਰ ਨੇ। ਫਿਰ ਵੀ ਉਹਨਾਂ ਨੇ ਕਵੀ
ਤੋਂ ਇਲਾਵਾ ਕਾਵਿ ਸੰਗ੍ਰਹਿ ਇਹਨਾਂ ਦੇ ਬੜੇ ਮਸ਼ਹੂਰ ਸੀ, ਸਾਵੇ ਪੱਤਰ ਕਹਿ ਲਓ, ਸੁੰਬੜਾ ਕਹਿ ਲਓ, ਆਵਾਜ਼ਾਂ ਕਹਿ ਲਓ, ਵੱਡਾ ਵੇਲਾ ਕਹਿ ਲਓ, ਦੰਦਰੇ ਕਹਿ ਲਓ, ਇਸ ਤੋਂ ਇਲਾਵਾ ਹੋਰ ਵੀ ਕੱਚ ਸੱਚ ਅਦਵਾਟੇ ਜੀ, ਇੱਦਾਂ ਦੀ ਉਹਨਾਂ ਦੇ ਕਾਵਿ ਸੰਗ੍ਰਹਿ ਆਏ ਨੇ, ਜਿਹਨਾਂ ਵਿੱਚ ਬਹੁਤ ਹੀ ਨਵੇਕਲੇ ਵਿਸ਼ੇ ਆਧੁਨਿਕਤਾ ਦੇ ਨਾਲ ਸੰਬੰਧਿਤ, ਮਾਨਵ ਮਾਨਵਵਾਦੀ ਨਾਲ ਸੰਬੰਧਿਤ ਬਹੁਤ ਵਿਸ਼ੇ ਦੀ ਗੱਲ ਤਾਂ ਆਪਾਂ ਬਾਅਦ 'ਚ ਕਰਾਂਗੇ, ਲੇਕਿਨ ਉਹਨਾਂ ਦੀ ਵਿਧਾ ਦੀ ਗੱਲ ਇਹ ਹੈ ਕਿ ਉਹ ਬੇਸਿਕਲੀ ਤਾਂ ਕਵੀ ਦੋ ਤੌਰ 'ਤੇ ਹੀ ਜਾਣਦੇ ਹੋ, ਪਰ ਉਹਨਾਂ ਨੇ ਕਹਾਣੀ ਵੀ ਲਿਖੀ, ਪਰ ਕਹਾਣੀ ਬਹੁਤ ਘੱਟ ਲਿਖੀ, ਕਹਾਣੀ ਲਿਖਣ ਦੇ ਨਾਲ ਨਾਲ ਉਹਨਾਂ ਨੇ ਅਨੁਵਾਦ ਬਹੁਤ ਕੀਤਾ। ਅੱਛਾ, ਇੱਕ ਤਾਂ ਉਹਨਾਂ ਨੇ ਅਨੁਵਾਦ ਜਿਹੜਾ ਸ਼ਾਹਕਰ ਅਨੁਵਾਦ ਕੀਤਾ ਲਾਈਟ ਆਫ ਏਸ਼ੀਆ, ਏਸ਼ੀਆ ਦਾ ਚਾਨਣ, ਇਹ ਕੀਤਾ। ਸ਼ੈਲੋਕ ਹੋਮ ਦੇ ਵੀ ਉਹਨਾਂ ਕੀਤੇ, ਇਸ ਤੋਂ ਇਲਾਵਾ ਜਿਹੜੇ ਹਿੰਦੀ ਦੀਆਂ ਨਿਰਮਲ ਪ੍ਰੇਮ ਚੰਦ ਦੀਆਂ ਕਹਾਣੀਆਂ ਨੂੰ ਉਹਨਾਂ ਨੂੰ ਅਨੁਵਾਦ ਕੀਤਾ, ਜਵਾਹਰ ਲਾਲ ਨਹਿਰੂ ਦੇ ਲਿਖੇ ਖਾਤੇ ਜਿਹੜੇ ਇੰਦਰਾ ਗਾਂਧੀ ਨੂੰ ਤੀਨੋਂ ਲਿਖੇ ਕਰ ਸੀ ਉਹਨਾਂ ਬਾਰੇ ਵੀ ਗੱਲ ਕੀਤੀ, ਕਾਫੀ ਜਨਾਨੀ ਨਾਟਕ ਵੀ ਇਹਨਾਂ ਨੇ ਲਿਖੇ, ਯਾਨੀ ਕਿ ਅਨੁਵਾਦ ਕੀਤੇ ਜੀ, ਕਵਿਤਾ ਵੀ ਹੋ ਗਈ, ਕਹਾਣੀ ਵੀ ਹੋ ਗਈ, ਇਸ ਤੋਂ ਇਲਾਵਾ ਇਹਨਾਂ ਨੇ ਅਨੁਵਾਦ ਵੀ ਹੋ ਗਏ। ਅਤੇ ਜਿਹੜੀ ਤੀਸਰੀ ਗੱਲ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਖਾਸੀਅਤ ਇਹ ਸੀ ਕਿ ਉਹਦੀ ਇੱਕ ਉਹਨੇ ਮਹਾਂਕਾਵਿ ਲਿਖਿਆ। ਅੱਛਾ ਜੀ, ਠੀਕ ਹੈ ਨਾ, ਇਹ ਉਹਨਾਂ ਦੀਆਂ ਰਚਨਾਵਾਂ ਨੇ, ਪਰ ਬੇਸਿਕਲੀ ਅਸੀਂ ਪੰਨੂ ਸਾਹਿਬ ਉਹਨਾਂ ਨੂੰ ਇਹੀ ਕਹਿ ਸਕਦੇ ਹਾਂ ਕਿ ਉਹ ਸਾਡੇ ਆਧੁਨਿਕ ਕਵੀ ਸਨ ਪੰਜਾਬੀ ਸਾਹਿਤ ਦੇ ਵਿੱਚ, ਅਤੇ ਆਦਰ ਕਵੀ ਦੇ ਤੌਰ 'ਤੇ ਉਹ ਇੱਕ ਸਿਰਫ ਮੋਰ ਤਾਰਾ ਗਿਣੇ ਜਾਂਦੇ ਸੀ ਜੀ, ਇਸ ਕਰਕੇ ਉਹਨਾਂ ਨੂੰ ਅਸੀਂ ਕਵੀ ਜ਼ਿਆਦਾ ਕਹਿੰਦੇ ਹਾਂ, ਔਰ ਬਾਕੀ ਵਿਧਾ ਜਿਹੜੀਆਂ ਉਹਨਾਂ ਨੂੰ ਅਸੀਂ ਬਹੁਤ ਨਹੀਂ ਲੈਂਦੇ। ਵੈਸੇ ਤਾਂ ਉਹ ਸੰਪਾਦਨਾ ਵੀ ਕਰਦੇ ਰਹੇ ਨੇ, ਪੰਜ ਦਰਿਆ ਉਹਨਾਂ ਦਾ ਸੰਪਾਦਨਾ ਹੋਵੇ ਜੀ, ਉਹ ਆਮ ਜਿਹੜੇ ਵਿਦਵਾਨ ਨੇ ਉਹਨੂੰ ਕਹਿੰਦੇ ਨੇ ਵੀ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਸੀ ਨਾ, ਉਹ ਅਧਿਆਪਕ ਵੀ ਸੀ, ਸਾਹਿਤਕਾਰ ਵੀ ਸੀ ਅਤੇ ਸੰਪਾਦਕ ਵੀ ਸੀ, ਇਸ ਕਰਕੇ ਉਹਦੇ ਵਿੱਚ ਇਹ ਵੀ ਵਿਧਾ ਆ ਜਾਂਦੀ ਹੈ। ਉਹਨੇ ਐਡਿਟ ਵੀ ਕੀਤਾ, ਮੈਗਜ਼ੀਨ ਵੀ ਐਡਿਟ ਕੀਤਾ ਲਾਹੌਰ ਦੇ ਸਮੇਂ 'ਚ, ਪੰਜ ਦਰਿਆ। ਉਸ ਤੋਂ ਬਾਅਦ ਹੋਰ ਵੀ ਮੌਕਾ ਮਿਲਿਆ, ਕਈ ਇਹਨਾਂ ਨੇ ਮੈਗਜ਼ੀਨ ਜਿਹੜੇ ਐਡਿਟ ਕਰਨ ਦਾ ਮੌਕਾ ਮਿਲਿਆ, ਇਹ ਸੀ ਇਹਨਾਂ ਦਾ ਜਿਹੜਾ ਕਿ ਵਿਧਾ ਜਿਹਨੀ ਤੁਸੀਂ ਗੱਲ ਕੀਤੀ ਜੀ। ਅਤੇ ਸਾਹਿਤਕ ਅਲਗਾਂ 'ਚ ਗੁਰਮੁਖ ਸਾਹਿਬ ਜਿਹੜਾ ਪੰਜ ਦਰਿਆ ਵਾ, ਬੜੀ ਕਿਸੇ ਟਾਈਮ 'ਤੇ ਉਹਨੂੰ ਜੀ ਮਤਲਬ ਵਿਸ਼ੇਸ਼ ਸਥਾਨ ਹੁੰਦਾ ਸੀਗਾ ਪੰਜ ਦਰਿਆ ਦਾ ਵੀ, ਅਤੇ ਚਲੋ ਇਹ ਤਾਂ ਉਹਨਾਂ ਦੀ ਸੀਗੀ ਵਿਧਾ ਲਿਖਣ ਦੀ ਵਿਧਾ ਸੀ ਜੇ ਆਪਾਂ ਉਹਨਾਂ ਦੀ ਲੇਖਣੀ ਵੇਖੀਏ ਤੇ ਮਤਲਬ ਕਿਹੜੀ ਗੱਲ ਲੋਕਾਂ ਨੂੰ ਸਮਝਾਉਣੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਧੁਨਿਕ ਨੇ ਉਹ ਕਵੀ ਸੀਗੇ, ਅਤੇ ਜ਼ਮਾਨਾ ਤਾਂ ਹਮੇਸ਼ਾ ਬਦਲਦਾ ਰਹਿੰਦਾ, ਹਰ ਰੋਜ਼ ਜਿਹੜੀ ਦੁਨੀਆ ਵਾ ਤਬਦੀਲ ਹੋ ਰਹੀ ਆ ਜੀ ਜੀ ਜੀ, ਕਿਉਂਕਿ ਜਿਹੜਾ ਕੱਲ੍ਹ ਸੀ ਉਹ ਆਉਣ ਵਾਲੇ ਦਿਨਾਂ 'ਚ ਨਹੀਂ ਰਹਿਣਾ, ਹਮੇਸ਼ਾ ਹੀ ਇਸ ਤਰ੍ਹਾਂ ਹੁੰਦੀ ਰਹਿੰਦੀ ਆ ਜੀ ਜੀ, ਅਤੇ ਪੀੜ੍ਹੀ ਦਾ ਵੀ ਜਿਹੜਾ ਫਰਕ ਆ ਉਹ ਪੈ ਜਾਂਦਾ, ਕਿਉਂਕਿ ਪੁਰਾਣੀ ਪੀੜ੍ਹੀ ਕਈ ਵਾਰ ਹੋਰ ਤਰ੍ਹਾਂ ਸੋਚ ਦਿੰਦੀ ਆ, ਨਵੀਂ ਦੀ ਜਿਹੜੀ ਸੋਚ ਅਲੱਗ ਤਰ੍ਹਾਂ ਦੀ ਹੋ ਜਾਂਦੀ ਆ। ਅਤੇ ਫਿਰ ਜੇ ਆਪਾਂ ਇਹਨਾਂ ਦੀਆਂ ਟੋਟਲ ਜਿਹੜੀਆਂ ਰਚਨਾਵਾਂ ਨੂੰ ਦੇਖੀਏ ਤਾਂ ਕਿਹੜੀ ਗੱਲ ਆ ਜਿਹੜੀ ਲੋਕਾਂ ਤੱਕ ਕਨਵੇ ਕਰਨਾ ਚਾਹੁੰਦਾ ਸੀ, ਕਿਹੜੀ ਗੱਲ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਸੀ, ਕੀ ਇਹਨਾਂ ਦਾ ਮੁੱਖ ਤੌਰ 'ਤੇ ਜਿਹੜਾ ਇਹਨਾਂ ਦੀਆਂ ਮਨੁੱਖ ਕੇਂਦਰ ਬਿੰਦੂ ਸੀਗਾ। ਤੁਹਾਡਾ ਸਵਾਲ ਹੈ ਨਾ ਜਿਹੜਾ ਪਬਲਿਕ ਤਰੀਫ ਹੈ, ਔਰ ਬਹੁਤ ਵਧੀਆ ਸਵਾਲ ਆ। ਅਸਲ ਦੇ ਵਿੱਚ ਅਸੀਂ ਸਾਨੂੰ ਕਹਿਣਾ ਬੜਾ ਸੌਖਾ ਹੋ ਜਾਂਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਪ੍ਰਗਤੀਵਾਦੀ ਕਵੀ ਸੀ ਜੀ, ਰੋਮਾਂਸਵਾਦੀ ਕਵੀ ਸੀ, ਆਮ ਉਹਨੂੰ ਜਿਹੜੇ ਬਹੁਤੇ ਵਿਦਵਾਨ ਨੇ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਕਵੀ ਕਹਿੰਦੇ ਹਨ, ਔਰ ਕਈ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਉਹ ਪਿਆਰ ਅਤੇ ਕ੍ਰਾਂਤੀ ਦਾ ਕਵੀ ਕਹਿੰਦੇ ਜੀ, ਪਿਆਰ ਅਤੇ ਕ੍ਰਾਂਤੀ ਦਾ ਕਵੀ। ਹੁਣ ਸਾਨੂੰ ਇਹ ਵੇਖਣਾ ਪੈਂਦਾ ਵੀ ਪਿਛੋਕੜ ਦੇ ਵਿੱਚ ਉਸ ਬੰਦੇ ਨੇ ਕਿੰਨਾ ਸਫ਼ਰ ਕੀਤਾ ਜ਼ਿੰਦਗੀ ਦੇ ਵਿੱਚ, ਜਿਹੜਾ ਉਹ ਸਫ਼ਰ ਕਰਦਾ ਜ਼ਿੰਦਗੀ ਦੇ ਵਿੱਚ, ਉਸ ਸਫ਼ਰ ਤੋਂ ਜੋ ਜੋ ਉਹਨੇ ਦੇਖਿਆ, ਦੇਖੋ ਲਗਭਗ 1905 ਦੇ ਕਰੀਬ ਉਹਨਾਂ ਦਾ ਜਨਮ ਹੋਇਆ ਪਾਕਿਸਤਾਨ ਦੇ ਵਿੱਚ, ਅਤੇ 1978 ਤੱਕ ਉਹਨਾਂ ਨੇ 87 ਸਾਲ ਯਾਨੀ ਕਿ ਉਹ ਉਹਨਾਂ ਨੇ ਇਹਦਾ ਸਫ਼ਰ ਲਾਇਆ ਉਸ ਦੌਰ ਦੇ ਵਿੱਚ। 1978 ਦੇ ਵਿੱਚ 1947 ਵੀ ਆਇਆ ਜੀ, 1962 ਵੀ ਆਇਆ, 1962 ਚੀਨ ਦੀ ਜੰਗ ਲੱਗੀ ਜੀ, 1947 'ਚ ਵੰਡ ਹੋਈ, ਇਹਦੇ ਦੌਰਾਨ 1971 ਦੀ ਲੜਾਈ ਵੀ ਲੱਗੀ। ਜੇ ਅਸੀਂ ਉਸ ਦੌਰ ਨੂੰ ਮੱਦੇਨਜ਼ਰ ਰੱਖੀਏ
ਤਾਂ ਉਹਨਾਂ ਦੀਆਂ ਕਵਿਤਾਵਾਂ ਵਿੱਚ ਕਿਤੇ ਨਾ ਕਿਤੇ ਉਹ ਚੀਜ਼ ਬੋਲਦੀ ਹੈ ਜਿਹਨੂੰ ਅਸੀਂ ਕ੍ਰਾਂਤੀ ਕਵੀ ਕਹਿੰਦੇ ਹਾਂ ਜੀ, ਕ੍ਰਾਂਤੀਵਾਦੀ ਕਵੀ। ਅਤੇ ਜਿਹੜਾ ਉਹਨੂੰ ਅਸੀਂ ਪ੍ਰਗਤੀਵਾਦੀ ਕਹਿੰਦੇ ਹਾਂ, ਉਹ ਵੀ ਇਹਦੀ ਇਹੀ ਸੋਚ ਸੀ, ਕਿਉਂਕਿ ਵਿਕਾਸ 1905 ਤੋਂ ਲੈ ਕੇ 78 ਤੱਕ ਜਿਹੜਾ ਵਿਕਾਸ ਹੋਇਆ ਸੀ ਸਾਹਿਤ ਵਿੱਚ, ਖਾਸ ਕਰਕੇ ਕਿਉਂਕਿ ਸਾਹਿਤ ਹੀ ਸਮਾਜ ਦਾ ਸ਼ੀਸ਼ਾ ਹੈ ਜੀ। ਜੇ ਅੱਜ ਅਸੀਂ ਦੇਖਦੇ ਹਾਂ ਤਾਂ ਜਿਹੜਾ ਸਾਨੂੰ ਅੱਜ ਆਰਥਿਕ ਵਿਕਾਸ ਪੱਖੋਂ ਉਹ ਚੀਜ਼ ਨਹੀਂ ਹੈਗੀ ਜਿਹੜੀ ਮਾਨਸਿਕ ਸਾਨੂੰ ਪ੍ਰੋਬਲਮ ਦਿੱਤੀਆਂ ਰੱਖਣੀਆਂ ਸਾਡੀਆਂ ਸਮੱਸਿਆਵਾਂ। ਮੈਂ ਕਹਿੰਦਾ ਵੀ ਕੋਈ ਬੰਦਾ ਗਰੀਬ ਨਹੀਂ ਹੈ, ਹਰ ਦੇ ਮੂੰਹ 'ਚ ਰੋਟੀ ਆਉਂਦੀ ਹੈ, ਪਰ ਉਹ ਗਰੀਬ ਕਿੱਥੋਂ? ਮਾਨਸਿਕ ਪੱਖੋਂ। ਜੇ ਮਾਨਸਿਕ ਪੱਖੋਂ ਗਰੀਬ ਹੈ, ਉਹਦੀ ਉਹਦਾ ਸਿਸਟਮ ਜਿਹੜਾ ਢਾਂਚਾ ਨਾ ਉਹ ਵਿਗੜਿਆ ਹੈ। ਇਸ ਕਰਕੇ ਉਹ ਪ੍ਰਗਤੀਵਾਦ ਦੀ ਗੱਲ ਹੋਰ ਤਰ੍ਹਾਂ ਕਰਦਾ, ਉਹ ਪ੍ਰਗਤੀ ਦੀ ਆਵਾਜ਼ ਇੱਕ ਨਵੇਂ ਤਰੀਕੇ ਨਾਲ ਕਰਦਾ, ਇਸ ਕਰਕੇ ਉਹਨੂੰ ਪ੍ਰਗਤੀਵਾਦੀ ਕਹਿੰਦੇ ਸਾਂ। ਅਤੇ ਇਸ ਕਰਕੇ ਉਹਨੂੰ ਅਸੀਂ ਰੋਮਾਂਸਵਾਦੀ, ਰੋਮਾਂਸਵਾਦੀ ਕਿਉਂਕਿ ਉਹਨੇ ਕਵਿਤਾਵਾਂ ਦਾ ਉਹ ਜਿਹੜਾ ਸਟਾਈਲ ਸੀ ਨਾ ਕਵਿਤਾਵਾਂ ਦਾ, ਉਹ ਰੋਮਾਂਸਵਾਦੀ ਦਾ ਮਤਲਬ ਪਿਆਰ ਨਹੀਂ ਹੁੰਦਾ ਜਾਂ ਰੋਮਾਂਟਿਕਿਜ਼ਮ ਨਹੀਂ ਹੁੰਦਾ। ਰੋਮਾਂਸਵਾਦੀ ਦਾ ਉਹ ਹੁੰਦਾ ਜਿਵੇਂ ਆਪਾਂ ਅੰਗਰੇਜ਼ੀ ਫਿਲਮਾਂ ਦੇਖਦੇ ਹਾਂ ਨਾ, ਉਹਦੇ ਵਿੱਚ ਇੱਕ ਮਗਰਮੱਛ ਹੈ ਜੀ, ਉਹ ਮਗਰਮੱਛ ਇੱਕ ਬੰਦੇ ਨੂੰ ਹੜੱਪ ਜਾਂਦਾ, ਖਾ ਜਾਂਦਾ। ਹੁਣ ਉਹ ਉਹਦੇ ਢਿੱਡੇ ਸਿੱਧੇ ਲੰਘ ਜਾਂਦਾ, ਉਹ ਕੀ ਕਰਦਾ? ਜਿਹੜਾ ਢਿੱਡੇ 'ਚ ਲੰਘ ਗਿਆ ਉਹ ਨਾਈਕ ਹੈ, ਉਹ ਆਪਦੇ ਪੈਰ 'ਚ ਜਾਂ ਲੱਤ 'ਤੇ ਬੰਨੇ ਚਾਕੂ ਨੂੰ ਕੱਢਦਾ ਅਤੇ ਢਿੱਡ ਵਿੱਚ ਪਾੜ ਕੇ ਅਤੇ ਬਾਹਰ ਨਿਕਲ ਆਉਂਦਾ। ਇਸੇ ਤਰ੍ਹਾਂ ਇਹਦੀ ਜਿਹੜੀ ਰੋਮਾਂਸਵਾਦੀ ਕਵਿਤਾ ਹੈ ਨਾ, ਇਹ ਸਾਨੂੰ ਇੱਕ ਵੱਖਰੀ ਜਿਹੀ ਸ਼ੈਲੀ 'ਚ ਲੈ ਕੇ ਜਾ ਜਾਂਦੀ। ਪਹਿਲਾਂ ਸ਼ੁਰੂ ਕਰਦਾ ਹੈ ਉਹ ਸਿਖਰ ਬੋਟਮ 'ਤੇ ਸ਼ੁਰੂ ਕਰਦਾ, ਕੁੜੀ ਪੋਠੋਂ ਹਾਰਦੀ ਜੀ। ਹੁਣ ਕੁੜੀ ਪੋਠੋਂ ਹਾਰਦੀ ਕਿੰਨੀ ਪਿਆਰੀ ਕਵਿਤਾ ਹੈ, ਹੁਣ ਜਿਹੜੀ ਉਹ ਸਿਰ 'ਤੇ ਚੁੱਕੀ ਘਾਹ ਦੀ ਪੰਨ, ਫਿਰ ਉਹ ਇਹਨਾਂ ਇਹਦੇ ਕਰਕੇ ਉਹਨੂੰ ਬੜੇ ਫਲੋ 'ਚ ਲੈ ਜਾਂਦਾ, ਫਲੋ 'ਚ ਲੈ ਕੇ ਖੀਰ 'ਤੇ ਜਿਹੜਾ ਉਹਦਾ ਨਤੀਜਾ ਹੁੰਦਾ ਨਾ, ਜਿਵੇਂ ਉਹ ਮਗਰਮੱਛ ਦੇ ਡੱਟੀ ਉਹ ਬਾਹਰ ਆ ਗਿਆ, ਹੋਰ ਮਾਸਪਾਤੀ ਖਵਾ ਹੁੰਦੀ ਜੀ। ਕਿਸੇ ਦਿਨ ਕੁੜੀ ਪੋਠੀ ਹਾਰਦੀ। ਹੁਣ ਇਹ ਕਈ ਕਵਿਤਾਵਾਂ ਆਉਂਦਾ ਇਹਨਾਂ ਦੀਆਂ ਇੱਦਾਂ ਦੀਆਂ ਹੈਗੀਆਂ। ਅਤੇ ਇਸ ਕਰਕੇ ਕ੍ਰਾਂਤੀਕਾਰੀ ਨੂੰ ਤਾਂ ਵੀ ਕਹਿੰਦੇ ਨੇ ਕਿ ਦ੍ਰੇਸ਼ ਪਿਆਰ ਦੀ ਕਵਿਤਾ ਵੀ ਲਿਖੀ ਉਹਨੇ, ਸਿਪਾਹੀ ਦਾ ਦਿਲ। ਹੁਣ ਇਹ ਜਿਹੜੀ ਨਾਟਕੀ ਅੰਦਾਜ਼ ਦੇ ਵਿੱਚ ਲਿਖੀਆਂ ਨੇ, ਅੰਬੀ ਇੱਕ ਬੂਟਾ ਅੰਬੀ ਦਾ ਜੀ, ਪਰ ਸਾਡੇ ਲੱਗਾ ਨਹੀਂ ਇਹਦੀ। ਇਹ ਜਿਹੜੀਆਂ ਚੀਜ਼ਾਂ ਸੀ ਨਾ, ਕੁੜੀ ਪਟੋਹਾਰ ਦੀ, ਅੰਬੀ ਦਾ ਬੂਟਾ, ਛੱਤੋ ਦੀ ਬੇਰੀ ਜੀ, ਇਹ ਨਾਟਕੀ ਅੰਦਾਜ਼ ਸੀ। ਹੁਣ ਜਿਹੜੀ ਹੈਗੀ ਸੀਗੀ ਇੱਕ ਬੂਟਾ ਅੰਬੀ ਦਾ, ਉਹਦੇ ਵਿੱਚ ਕੀ ਹੈ ਵੀ ਇੱਕ ਘਰ ਕੱਚੇ ਨੇ, ਉਹਦੇ ਵਿੱਚ ਅੰਬੀ ਦਾ ਬੂਟਾ ਲੱਗਾ ਆ, ਅਤੇ ਅੰਬੀ ਦੇ ਬੂਟੇ ਦੇ ਵਿੱਚ ਉਹ ਜਿਹੜਾ ਘਰ ਕੱਚਾ, ਉਹਦੀ ਵਿਆਹਤਾ ਔਰਤ ਨੇ ਜਿਹੜੀ ਉਹਦਾ ਫੋਰ 'ਚ ਗਿਆ ਹੋਇਆ ਘਰ ਵਾਲਾ, ਉਹ ਅੰਬੀ ਦਾ ਬੂਟਾ ਉਹਨਾਂ ਨੂੰ ਲਾਇਆ ਸੀ ਇਕੱਠਾ ਜਦੋਂ ਵਿਆਹ ਆਇਆ ਸੀ, ਅਤੇ ਉਹਨਾਂ ਨੂੰ ਫੋਰ 'ਚ ਬੜਾ ਚਲੋ ਗਿਆ ਗਿਆ ਉਹਨੂੰ। ਅਤੇ ਜਿਵੇਂ ਜੇ ਅੰਬੀ ਦਾ ਬੂਟਾ ਵੱਡਾ ਹੋ ਗਿਆ, ਹੁਣ ਅੰਬੀ ਦੇ ਬੂਟੇ ਨੂੰ ਵੇਖ ਕੇ ਉਹਨੂੰ ਬੜਾ ਕੁਛ ਯਾਦ ਆਉਂਦਾ, ਮਾਰਨ ਕੂਕਾਂ ਨਹੀਂ, ਬਿਲਕੁਲ ਮਾਰਨ ਬੰਦੂਕਾਂ ਨਹੀਂ, ਅਜੇ ਬੂਟਾ ਅੰਬੀ ਦਾ ਵੇਸ ਘੱਟ ਸੜੇ ਆਉਣ ਉਹਦੀਆਂ ਯਾਦਾਂ ਨਹੀਂ, ਉਹ ਮੈਂ ਘੁੰਮਦੀ ਹੁੰਦੀ ਸੀ, ਉਹ ਪਿੱਛੇ ਪਿੱਛੇ ਘੁੰਮਦਾ। ਇਹ ਇੱਕ ਸਾਰਾ ਇੱਕ ਨਾਟਕੀ ਅੰਦਾਜ਼। ਅੰਬੀ ਦਾ ਬੂਟਾ ਵੀ ਖੇਡਿਆ, ਬੜੀ ਟੀ ਵੀ 'ਤੇ ਵੀ ਆਇਆ ਜੀ, ਇਹਦਾ ਪਲੇ ਕੀਤਾ ਗਿਆ, ਸਟੇਜਾਂ 'ਤੇ ਬੜਾ ਕੀਤਾ ਗਿਆ, ਕਾਲਜਾਂ 'ਚ ਬੜਾ ਕੀਤਾ ਗਿਆ, ਉਹਨੂੰ ਪ੍ਰੋਫੈਸਰ ਮੋਹਨ ਸਿੰਘ ਵੇਲੇ ਤਾਂ ਘੱਟ ਕੀਤਾ ਗਿਆ, ਲੇਕਿਨ ਉਹਦੀ ਉਸ ਤੋਂ ਬਾਅਦ ਜਿੰਨੇ ਆਏ ਨੇ ਸਕ੍ਰਿਪਟ ਪਲੇ ਟੀ ਵੀ 'ਤੇ ਵੀ, ਬਲੈਕ ਐਂਡ ਵਾਈਟ ਟੀ ਵੀ 'ਤੇ ਵੀ ਆਉਂਦੇ ਰਹੇ ਨੇ, ਰੰਗੀਨ 'ਤੇ ਵੀ ਉਹਨੂੰ ਸਕ੍ਰਿਪਟ ਨੂੰ ਬਦਲ ਕੇ ਆਉਂਦੇ ਰਹੇ। ਕਹਿਣ ਦਾ ਮਤਲਬ ਉਹ ਉਹਦੀ, ਤੁਸੀਂ ਇਹ ਕਹਿ ਸਕਦੇ ਹੋ ਰੋਮਾਂਸਵਾਦੀ ਕਵਿਤਾ ਸੀ, ਸਿਪਾਹੀ ਦਾ ਦਿਲ ਵੀ ਰੋਮਾਂਸਵਾਦੀ ਸੀ, ਬੂਟਾ ਅੰਬੀ ਦਾ ਵੀ, ਛੱਤੋਂ ਦੀ ਬੇਰੀ ਵੀ, ਇਹ ਸਾਰੀਆਂ ਹੀ ਹੁੰਦੀਆਂ ਰੋਮਾਂਸਵਾਦੀ ਕਵਿਤਾ। ਵਾਕਈ ਜੋਗਰ ਸਾਹਿਬ ਜਿਹੜਾ ਕੁੜੀ ਪੋਠੋਂ ਹਾਰਦੀ ਆ, ਉਹਦੇ ਵਿੱਚ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਉਹ ਵਰਣਨ ਕੀਤਾ ਜੀ। ਤਾਂ ਕਿ ਫਿਰ ਇਵੇਂ ਹੀ ਲੱਗਦਾ ਹੁੰਦਾ ਜੇ ਕਵਿਤਾ ਪੜ੍ਹਦੇ ਹਾਂ, ਜੇਕਰ ਅੱਜ ਕੱਲ੍ਹ ਦੀ ਜੀ ਗੱਲਬਾਤ ਸੁਣ ਲਈਏ ਤਾਂ ਲੋਕ ਇਹ ਨਾ ਕਹਿਣ ਵੇਖੋ ਜੀ ਇੰਨਾ ਔਰਤ ਜਦੋਂ ਹੁੰਦਾ ਸੀ ਘਰ ਦੀ ਭੱਜ ਚੁਕਾਈ ਆ, ਅਤੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਨਾ ਵੀ ਪਿੰਡਾਂ ਦੇ ਵਿੱਚ ਇਤਨਾ ਹੀ ਚੱਲਦਾ ਸੀ, ਚੱਲਦਾ ਸੀ ਭਾਈ, ਜਿਹੜੇ ਔਰਤਾਂ ਵੀ ਪੂਰਾ ਕੰਮ ਕਰਦੀਆਂ ਸੀਗੀਆਂ, ਪੱਠੇ ਵੀ ਵੱਢ ਕੇ ਲਿਆਉਂਦੀਆਂ ਸੀ, ਚਰੀ ਵੀ ਵੱਢ ਕੇ ਲਿਆਉਂਦੀਆਂ ਸੀ, ਘਰ ਵੀ ਕੱਢ ਕੇ ਲਿਆਉਂਦੀਆਂ ਸੀ, ਬਿਲਕੁਲ। ਅਤੇ ਉਹਨਾਂ ਨੇ ਮਤਲਬ ਯਥਾਰਥ ਨੂੰ ਪੇਸ਼ ਕੀਤਾ ਵਾ, ਸਰਕਾਰ ਨੂੰ ਪੇਸ਼ ਕੀਤਾ। ਹਾਂਜੀ, ਤੁਸੀਂ ਕਹਿ ਸਕਦੇ ਹੋ ਵੀ ਪੰਜਾਬ ਦੇ ਪਿੰਡਾਂ ਦਾ ਜੋ ਦ੍ਰਿਸ਼ ਚਿਤਰਨ ਸੀ ਨਾ, ਉਸ ਵੇਲੇ ਸੱਭਿਆਚਾਰਕ ਧਾਰਮਿਕ ਅਤੇ ਜੋ
ਧਰਮ ਕਹਿ ਲਓ, ਸੱਭਿਆਚਾਰ ਕਹਿ ਲਓ, ਸਮਾਜ ਕਹਿ ਲਓ ਜੀ, ਉਹ ਉਸ ਵੇਲੇ ਨੂੰ ਚੱਕਦਾ ਪਰ ਪਾਤਰ ਬਦਲ ਦਿੰਦਾ। ਠੀਕ ਹੈ ਨਾ, ਹਾਂ ਜਿਵੇਂ ਧਨੀ ਰਾਮ ਕਹਿ ਤਾ ਮਾਰਦਾ ਦੋਵੇਂ ਜੱਟ ਮੇਰੇ ਆ ਗਿਆ। ਬਿਲਕੁਲ ਜੀ, ਹੁਣ ਉਹ ਜਿਹੜਾ ਆਰਥਿਕਤਾ ਤੋਂ ਵਧੀਆ ਸੀ ਅਤੇ ਜਦੋਂ ਉਹ ਫਸਲ ਵੱਢ ਲੈਂਦਾ ਸੀ ਅਤੇ ਉਹ ਸ਼ਾਹਾਂ ਅਤੇ ਨੰਬਰਾਂ ਦਾ ਹਿਸਾਬ ਕਿਤਾਬ ਕੱਟ ਕੇ ਪਹਿਲਾਂ ਤੋਂ ਆੜਤ 'ਤੇ ਜਾਂਦਾ ਸੀ ਜੀ, ਵੀ ਚੱਕ ਆਪਦੇ ਪਿਛਲੇ ਪੈਸੇ, ਹਾਂ ਸਾਨੂੰ ਫਿਰ ਲੋੜ ਪੈਣੀ ਜੀ, ਮੈਂ ਕੁੜੀ ਦਾ ਵਿਆਹ ਕਰਨਾ ਤੇਰੇ ਕੋਲ ਲੈਣਾ। ਬਿਲਕੁਲ, ਜਿਹਨੇ ਵਿਆਹ ਕਰਨਾ ਤਾਂ ਹੀ ਮੁੰਡਾ ਸਾਈਕਲ ਮੰਗਦਾ, ਸਕੂਟਰ ਮੰਗਦਾ। ਦੇਖੋ ਲੰਬੜਾਂ ਅਤੇ ਸ਼ਾਹਾਂ, ਲੰਬੜਾਂ ਦਾ ਕਿ ਜਿਹੜੇ ਆਂਢ ਗੁਆਂਢ ਹੋ ਜਾਂਦੇ ਨੇ, ਸ਼ਾਹ ਕਿਹੜੇ ਜਿਹੜੇ ਉਸ ਵੇਲੇ ਬੈਂਕ ਦੀ ਥਾਂ 'ਤੇ ਜਿਹੜੇ ਸ਼ਾਹ ਹੁੰਦੇ ਸੀ ਜੀ, ਕਿਉਂਕਿ ਉਸ ਵੇਲੇ ਸਮਾਂ ਸੀ ਨਾ ਉਹਨਾਂ ਦਾ, ਹਾਵ ਕੱਢ ਕੇ ਅਤੇ ਮਾਰਦਾ ਦਵਾਵੇਂ ਜੱਟ ਮੈਂ ਕੱਛੇ ਮਾਰਦੇ ਹੁੰਦੇ ਜੀ, ਆਨੰਦ 'ਚ ਆ ਗਿਆ, ਨਾਲੇ ਤਾਂ ਬੰਸਰੀ ਕੱਛੇ ਮਾਰਦੇ ਅਤੇ ਨਾਲੇ ਡਾਂਗ ਸੰਮਾਂ ਵਾਲੇ ਡਾਂਗ ਨੂੰ ਤੇਲ ਲਾ ਕੇ, ਉਹ ਜਿਹੜਾ ਦ੍ਰਿਸ਼ ਹੈ ਨਾ ਉਹ ਹੁਣ ਦੇਖੋ, ਉਹ ਧਨੀ ਰਾਮ ਚਾਤਕ ਦਾ ਇਹ ਦ੍ਰਿਸ਼ ਚੱਕਦਾ, ਪਰ ਇਹ ਧਨੀ ਰਾਮ ਚਾਤਕ ਦਾ ਹੋਰ ਸ਼ੈਲੀ ਸੀ, ਇਹਦੀ ਸ਼ੈਲੀ ਬਦਲ ਗਈ ਜੀ। ਜਦੋਂ ਕੁੜੀ ਪੁੱਠੋਂ ਹਾਰ ਵੀ ਚੱਕਦਾ ਤਾਂ ਕੁੜੀ ਪੁੱਠੋਂ ਹਾਰਦੀ ਇਹ 'ਚ ਤਾਂ ਹਾਂ ਸਿਰ 'ਤੇ ਚੱਕੀ ਘਾ ਦੀ ਵੰਡ, ਅਤੇ ਹੁਣ ਪਾਣੀ ਤੰਗ ਦੀ ਜਦੋਂ ਲੱਕ ਲੱਕ ਪਾਣੀ, ਗੋਡੇ ਗੋਡੇ ਪਾਣੀ, ਉਹ ਜੇ ਸਾਰੀ ਕਲਪਨਾ ਨੂੰ ਆਪਾਂ ਉਹਨੂੰ ਦੇਖ ਕੇ ਉਹਦਾ ਐਨਾਲਿਸਿਸ ਕਰੀਏ ਨਾ, ਉਹ ਪ੍ਰਸੰਗ ਸਿਰ ਵਿਆਖਿਆ ਬਣ ਜਾਏਗੀ ਜੀ, ਕਿਉਂਕਿ ਆਪਾਂ ਪ੍ਰਸੰਗ ਸਿਰ ਵਿਆਖਿਆ ਦੀ ਗੱਲ ਨਹੀਂ ਕਰ ਰਹੇ, ਆਪਾਂ ਉਹਦੇ ਫਲਸਫੇ ਦੀ ਗੱਲ ਕਰ ਰਹੇ। ਇਸ ਕਰਕੇ ਫਲਸਫੇ ਨੂੰ ਆਪਾਂ ਮੋਟੀ ਮੋਟੀ ਗੱਲ ਕਰਾਂਗੇ ਕਿ ਉਹਨੇ ਉਸ ਪਾਤਰਾਂ ਨੂੰ ਲੈ ਕੇ ਹੀ ਕੀਤਾ ਜੀ। ਹੁਣ ਬੂਟਾ ਅੰਬੀ ਦਾ ਵੀ ਉਹਨੇ ਇੱਕ ਫੌਜੀ ਦੀ ਨੂੰ ਬਿਰਹਾ ਵਿਖਾਇਆ, ਪਰ ਬਿਰਹਾ ਨੂੰ ਰੋਂਦੇ ਨਹੀਂ ਵਿਖਾਇਆ ਜੀ, ਵੀ ਇੱਕ ਕੁੜੀ ਹੈ ਜੀ ਫੌਜ ਮੁੰਡਾ ਵਾਲਾ ਘਰ 'ਚ ਫੌਜ 'ਚ ਗਿਆ ਹੋਇਆ, ਲੇਕਿਨ ਉਹ ਰੋਂਦੀ ਪਈ ਹੈ, ਉਹ ਰੋਂਦਾ ਨਹੀਂ ਵਿਖਾਉਂਦਾ। ਉਹ ਕਹਿੰਦਾ ਮੈਂ ਅੰਬੀ ਘੁੰਮਦੀ ਪਈ ਹਾਂ, ਬੂਟਾ ਉਹ ਮੇਰੇ ਪਿੱਛੇ ਪਿੱਛੇ ਘੁੰਮ ਰਿਹਾ, ਉਹਦੀ ਚਾਦਰ ਖੜਕੇ ਨਹੀਂ, ਮੇਰੀ ਚੂੜਾ ਖੜਕੇ ਨਹੀਂ, ਮਤਲਬ ਉਹ ਨਾਲ ਦੇਖੋ ਕਿੰਨਾ ਵਧੀਆ ਸਾਜ ਦਿਖਾ ਰਿਹਾ ਜੀ, ਕਿ ਉਹ ਮੇਰੇ ਪਿੱਛੇ ਭੱਜ ਰਿਹਾ, ਉਦੋਂ ਚਾਦਰ ਬੰਦ ਸੀ, ਲੋਕ ਪੈਂਟਾਂ ਤਾਂ ਪਾਉਂਦੇ ਨਹੀਂ ਸੀ, ਉਹਦੀ ਚਾਦਰ ਖੜਕੇ ਨਹੀਂ, ਮੇਰਾ ਚੂੜਾ ਖੜਕੇ ਨਹੀਂ, ਉਹ ਫਿਰ ਹਾਸਾ ਸਦੂਰ ਹੀ ਨਹੀਂ, ਅਤੇ ਉਹ ਮਤਲਬ ਸਾਰੀਆਂ ਜਿਹੜੀਆਂ ਉਹਨੇ ਦ੍ਰਿਸ਼ ਦਿਖਾਇਆ ਨਾ, ਉਹਦੇ ਹੈ ਤਾਂ ਫੌਜ 'ਤੇ ਗਿਆ, ਉਹ ਯੋਗ ਹੈ, ਲੇਕਿਨ ਯੋਗ ਨੂੰ ਇੱਕ ਨਵਾਂ ਰੂਪ ਦੇਤਾ, ਜਿਹਨੂੰ ਆਪਾਂ ਉਹੀ ਆ ਗਿਆ ਮਗਰਮੱਛ ਵਾਲੀ ਕਿ ਰਮਾਸਵਾਦ ਕਰ, ਇਸ ਕਰਕੇ ਇਹਨੂੰ ਰਮਾਸਵਾਦੀ ਕਹਿੰਦੇ ਨੇ। ਪ੍ਰਗਤੀਵਾਦੀ ਜਦੋਂ ਰੋਟੀ ਨੂੰ ਨਹੀਂ ਹੱਥ ਪਾਉਂਦਾ ਅਤੇ ਗਰੀਬਾਂ ਦੀ ਗੱਲ ਕਰੇਗਾ, ਉਸ ਵੇਲੇ ਉਹ ਪ੍ਰਗਤੀਵਾਦੀ 'ਚ ਆ ਜਾਏਗਾ, ਮਾਨਵਵਾਦੀ 'ਚ ਆ ਜਾਏਗਾ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸੀ ਉਹਦੇ ਕੋਲ ਇੱਕ ਨਵਾਂ ਨੁਕਤਾ ਸੀ, ਉਹਦੇ ਕੋਲ ਨਵੀਆਂ ਚੀਜ਼ਾਂ ਸੀ, ਉਹਨੂੰ ਉਹਦਾ ਜਿਹੜਾ ਵੇਖਣ ਦਾ ਦ੍ਰਿਸ਼ਟੀਕੋਣ ਸੀ ਨਾ ਕਿਸੇ ਚੀਜ਼ ਨੂੰ ਆਮ। ਹੁਣ ਦੇਖੋ ਭਾਈ ਵੀਰ ਸਿੰਘ ਵੇਖੇਗਾ ਅਤੇ ਉਹ ਹੋਰ ਤਰ੍ਹਾਂ, ਹੁਣ ਰੱਬ ਦੇ ਬਾਰੇ ਗੱਲ ਕਰਦਾ ਜੀ, ਉਹ ਕਹਿੰਦਾ ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੇ ਕੰਬ ਦੀ ਰੀਕ ਲਾਈ, ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸੀਂ ਤਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬ ਦੀ ਰੀਕ ਲਾਈ। ਹੁਣ ਇੱਥੇ ਹੀ ਕਹਿੰਦਾ ਮਤਲਬ ਰੱਬ ਇੱਕ ਗੁੰਝਲਦਾਰ ਵੀ ਹਰਦ ਜੀ, ਰੱਬ ਇੱਕ ਗੋਰਖ ਧੰਦਾ, ਪਹੁੰਚਣ ਲੱਗਿਆ ਇਸ ਖੋਲ੍ਹਣ ਲੱਗਿਆ ਫੇਸ ਇਹਦੇ, ਕਾਫਰ ਹੋ ਜਾਏ ਬੰਦਾ, ਮਤਲਬ ਰੱਬ ਚੀਜ਼ ਇਹੋ ਜਿਹੀ ਹੈ ਕਿ ਉਹਦੇ ਤੁਸੀਂ ਵੜਦੇ ਜਾਓ, ਜਿੰਨਾ ਤੁਸੀਂ ਰੱਬ ਦੇ ਨਾਚ ਵੜਦੇ ਜਾਓਗੇ ਤੁਸੀਂ ਕਾਫਰ ਹੁੰਦੇ ਜਾਓ, ਕਿਉਂਕਿ ਉਹਦੇ ਪੇਜ ਨਹੀਂ ਤੁਸੀਂ ਖੋਲ੍ਹ ਸਕਦੇ ਜੀ। ਹੁਣ ਭਾਈ ਵੀਰ ਸਿੰਘ ਦੀ ਦੇਖੋ ਜਿਹੜੀ ਅੰਦਰੂਨੀ ਅਵਸਥਾ ਹੈ, ਜਿਹੜਾ ਉਹਦਾ ਅੰਦਰਲਾ ਮਨ ਹੈ, ਉਹ ਕਹਿੰਦਾ ਮੈਨੂੰ ਪਰਮਾਤਮਾ ਮਿਲਿਆ ਸੁਪਨੇ, ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸੀਂ ਕਾਗਲ ਵੱਖਰੀ ਪਾਈ, ਮੇਰਾ ਨੂਰ ਤੁਸੀਂ ਹੱਥ ਲਾਏ, ਸਾਡੀ ਕੰਬ ਦੀ ਰਹੀ ਕਲਾਈ। ਇਹ ਅੰਦਰ ਪਤੀ ਜਿਹੜੀ ਅਵਸਥਾ ਹੈ, ਜਿਹੜੀ ਅੰਦਰਮੁਖੀ ਅਵਸਥਾ ਹੁੰਦੀ ਹੈ ਨਾ, ਉਹ ਕਦੇ ਵੀ ਆਧੁਨਿਕ ਨਹੀਂ ਹੁੰਦੀ। ਆਧੁਨਿਕ ਉਹ ਹੁੰਦੀ ਹੈ ਜਿਹੜੀ ਯਥਾਰਥ ਹੋਵੇ। ਅਤੇ ਗੁਰੂ ਸਾਹਿਬ ਜੀ, ਆਪਾਂ ਗੱਲ ਕਰੀਏ ਪ੍ਰੋਫੈਸਰ ਮੋਹਨ ਸਿੰਘ ਦੀ, ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਅਤੇ ਉਹ ਕਿਹੜੇ ਲੇਖਕਾਂ ਤੋਂ ਪ੍ਰਭਾਵਿਤ ਸੀ, ਜਾਂ ਉਸ ਸਮੇਂ ਦੇ ਜਿਹੜੇ ਲੇਖ ਸੀਗੇ ਉਹਨਾਂ ਦੀਆਂ, ਉਹਨਾਂ ਨੂੰ ਕਿੰਨਾ ਕੁ ਉਹਨਾਂ 'ਤੇ ਲਿਖਣ ਦੇ ਵਿੱਚ ਜਿਹੜੀ ਲਿਖਣ ਸ਼ੈਲੀ ਸੀ ਉਹ 'ਤੇ ਕੀ ਪ੍ਰਭਾਵ ਸੀ, ਜਾਂ ਜੋ ਉਹਨਾਂ ਨੇ ਲਿਖਿਆ ਉਹ 'ਤੇ ਕੀ ਪ੍ਰਭਾਵ ਸੀ? ਦੇਖੋ ਜੀ, ਜਿਹੜੀ ਤਾਂ ਉਸ ਸਮੇਂ ਨੂੰ ਆਪਾਂ ਮੁੱਖ ਰੱਖੀਏ ਤਾਂ ਜੀ, ਉਹਨਾਂ ਤੋਂ ਪਹਿਲਾਂ ਹੋਏ ਪ੍ਰੋਫੈਸਰ ਆਪਣੇ ਭਾਈ ਵੀਰ ਸਿੰਘ ਜੀ। ਭਾਈ ਵੀਰ ਸਿੰਘ ਦਾ ਜਿਹੜਾ ਸਮਾਂ ਸੀ ਉਹ ਅਸਲ ਦੇ ਵਿੱਚ ਉਹਦਾ ਜਿਹੜਾ ਲਿਖਣ ਦਾ ਸ਼ੈਲੀ ਜਾਂ ਅੰਦਾਜ਼ ਸੀ
ਉਹ ਹੈਗਾ ਸੀ ਅਧਿਆਤਮਕਵਾਦੀ। ਠੀਕ ਹੈ ਜੀ। ਉਹਨੂੰ ਆਪਾਂ ਅਧਿਆਤਮਕਵਾਦੀ ਦੇ ਨਾਲ ਨਾਲ ਅੰਤਰਮੁਖੀ ਵੀ ਕਹਿ ਸਕਦੇ ਹਾਂ ਜੀ। ਅਤੇ ਭਾਈ ਵੀਰ ਸਿੰਘ ਸਾਡਾ ਮੁੱਢਲਾ ਕਵੀ ਸੀ, ਮੁੱਢਲੇ ਕਵੀ ਨੂੰ ਅਸੀਂ ਉਹਨੂੰ ਮੋਢੀ ਮੰਨਦੇ ਹਾਂ, ਪਰ ਉਹ ਧਰਮ ਨਾਲ ਵੀ ਜੁੜਿਆ ਹੋਇਆ ਸੀ, ਸਮਾਜ ਨਾਲ ਵੀ ਜੁੜਿਆ ਹੋਇਆ ਸੀ, ਪਰ ਉਹ ਯਥਾਰਥ ਨਾਲ ਨਹੀਂ ਸੀ ਜੁੜਿਆ ਹੋਇਆ ਜੀ। ਇਸ ਕਰਕੇ ਯਥਾਰਥ ਨਾਲ ਨਾ ਜੁੜਨਾ ਨਾ ਜਿਹੜਾ ਉਹ ਸਭ ਤੋਂ ਵੱਡੇ ਅਧਿਕਾਰ ਸੀ। ਲੇਕਿਨ ਇਹਦਾ ਜਿਹੜਾ ਕਿਉਂਕਿ ਭਾਈ ਵੀਰ ਸਿੰਘ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਦਾ ਨਾਮ ਆਉਂਦਾ ਜੀ, ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਭਾਈ ਵੀਰ ਦੇ ਇਨਫਲੂਐਂਸ ਸੀ, ਇਹ ਉਹਨਾਂ ਦੇ ਇਨਫਲੂਐਂਸ 'ਚ ਨਹੀਂ ਆਇਆ। ਇਹ ਅਸਲ ਦੇ ਵਿੱਚ ਅੰਗਰੇਜ਼ੀ ਲੇਖਕ ਅਤੇ ਹਿੰਦੀ ਲੇਖਕ ਉਹਨਾਂ ਨਾਲ ਜਿਵੇਂ ਲਾਈਟ ਆਫ ਏਸ਼ੀਆ ਚਲੋ ਕਿ ਉਹਨੇ ਅਨੁਵਾਦ ਕੀਤੇ, ਪ੍ਰੇਮ ਚੰਦ ਮੁਨਸ਼ੀ ਪ੍ਰੇਮ ਚੰਦ ਦੀ ਕਵਿਤਾ ਦਾ ਅਨੁਵਾਦ ਕੀਤਾ, ਉਸ ਅਨੁਵਾਦ ਦਾ ਜਿਹੜਾ ਪ੍ਰਭਾਵ ਸੀ ਹਿੰਦੀ ਲੇਖਕਾਂ ਦੇ ਜਿਹੜੇ। ਦੂਜੀ ਗੱਲ ਹੈ ਵੀ ਇਹ ਜਿਹੜਾ ਪੰਜ ਦਰਿਆ ਮੈਗਜ਼ੀਨ ਕਰਦਾ ਸੀ ਉਹਦੇ ਵਿੱਚ ਜਿਹੜੇ ਲੇਖਕਾਂ ਦੀ ਕਲੈਕਸ਼ਨ ਆਉਂਦੀ ਸੀ ਨਾ, ਉਹ ਜ਼ਿਆਦਾ ਬਾਹਰਲੇ ਲੇਖਕ ਵੀ ਕਰਦਾ ਸੀ ਜੀ। ਫਾਰਸੀ ਦਾ ਮਾਹਰ ਸੀ ਉਹ, ਫਾਰਸੀ ਜਿਹਨੇ ਫਾਰਸੀ ਨਹੀਂ ਪੜ੍ਹੀ ਅਤੇ ਉਹ ਕਹਿੰਦੇ ਵੀ ਲੇਖਕ ਨਹੀਂ ਸੀ ਹੁੰਦਾ, ਅਤੇ ਫਾਰਸੀ ਪੜ੍ਹਨ ਦੇ ਲਈ ਉਰਦੂ ਪੜ੍ਹੀ ਪਹਿਲਾਂ ਜ਼ਰੂਰੀ। ਠੀਕ ਹੈ। ਇਸ ਕਰਕੇ ਉਹਦਾ ਜਿਹੜਾ ਪ੍ਰਭਾਵ ਸੀ ਹਿੰਦੀ ਦਾ ਲੇਖਕਾਂ ਦਾ, ਉਰਦੂ ਦੇ ਲੇਖਕਾਂ ਦਾ ਅਤੇ ਇੰਗਲਿਸ਼ ਦੇ ਲੇਖਕਾਂ ਦਾ ਜਾਂ ਅੰਗਰੇਜ਼ੀ ਦੇ ਲੇਖਕਾਂ ਦਾ ਪ੍ਰਭਾਵ ਸੀ। ਇਸ ਕਰਕੇ ਉਹਦੀ ਜਿਹੜੀ ਸ਼ੈਲੀ ਸੀ ਉਹ ਆਪਣੀ ਇੱਕ ਵੱਖਰੀ ਹੀ ਸ਼ੈਲੀ ਸੀ, ਉਹਨੂੰ ਅਸੀਂ ਕਿਸੇ ਵੀ ਸ਼ੈਲੀ ਨਾਲ ਜੋੜ ਨਹੀਂ ਸਕਦੇ, ਨਾ ਉਹਨੂੰ ਅੰਦਰਮੁਖੀ ਸ਼ੈਲੀ ਕਹਿ ਸਕਦੇ ਹਾਂ, ਨਾ ਉਹਨੂੰ ਬਾਹਰਮੁਖੀ ਸ਼ੈਲੀ ਸਕਦੇ ਹਾਂ, ਉਹਨੂੰ ਯਥਾਰਥਵਾਦੀ ਸ਼ੈਲੀ ਕਹਿ ਸਕਦੇ ਹਾਂ ਜੀ, ਆਧੁਨਿਕ ਸ਼ੈਲੀ ਕਹਿ ਸਕਦੇ ਹਾਂ ਉਸ ਸਮੇਂ ਦੀ। ਇਸ ਕਰਕੇ ਉਹਦੇ ਲਿਖਣ ਦਾ ਅੰਦਾਜ਼, ਉਹਦੀ ਵਿਧਾ ਦਾ ਅੰਦਾਜ਼, ਉਹਦਾ ਜਿਹੜਾ ਲੇਖਕਾਂ ਦੇ ਪ੍ਰਭਾਵ ਦਾ ਅੰਦਾਜ਼, ਉਹ ਇਹ ਤਿੰਨ ਭਾਸ਼ਾਵਾਂ ਦੇ ਲੇਖਕ ਅਲੱਗ ਅਲੱਗ ਸੀ ਜਿਹੜੇ, ਉਹਨਾਂ ਦਾ ਪ੍ਰਭਾਵ ਸੀਗਾ। ਭਾਈ ਵੀਰ ਸਿੰਘ ਨੂੰ ਉਹਨੇ ਪੜ੍ਹਿਆ ਜ਼ਰੂਰ ਹੈ, ਪ੍ਰੋਫੈਸਰ ਪੂਰਨ ਸਿੰਘ ਨੇ ਜਾਣਿਆ ਜ਼ਰੂਰ ਹੈ, ਪਰ ਉਹਨਾਂ ਦੇ ਇਨਫਲੂਐਂਸ 'ਚ ਨਹੀਂ ਆਇਆ, ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਜਾਂ ਉਹਨਾਂ ਦੀ ਸ਼ੈਲੀ ਦੇ ਪ੍ਰਭਾਵ 'ਚ ਨਹੀਂ ਆਇਆ, ਇਹਦਾ ਇੱਕ ਵੱਖਰਾ ਪ੍ਰਭਾਵ ਸੀ ਜੀ। ਤੁਸੀਂ ਗੁਰਮੁਖ ਸਾਹਿਬ ਜੀ ਗੱਲ ਕੀਤੀ ਆਪਣੇ ਫਾਰਸੀ ਦੀ, ਅਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਐਮ ਏ ਵੀ ਫਾਰਸੀ ਦੇ ਵਿੱਚ ਕੀਤੀ ਸੀਗੀ ਬੜੇ। ਹਾਂ, ਉਹਨਾਂ ਦੋ ਐਮ ਏ ਕੀਤੀਆਂ ਸੀ ਜੀ ਆਪਣੇ ਸਮੇਂ 'ਚ। ਮੈਂ ਦੱਸਦਾ ਵੀ ਗੱਲ ਕੀ ਹੋਈ ਵੀ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਬਚਪਨ ਹੈ ਨਾ ਜੀ, ਉਹ ਸਾਰਾ ਮਿਹਨਤ 'ਚ ਗੁਜ਼ਰਿਆ। ਅੱਛਾ। ਅਸਲ 'ਚ ਇਹ ਪ੍ਰਵੇਸ਼ ਕਰਦੇ ਨੇ ਕਾਵਿ ਸਾਹਿਬ ਦੇ ਵਿੱਚ 1935-37 'ਚ ਜੀ, ਉਦੋਂ ਪ੍ਰਵੇਸ਼ ਕਰਦੇ ਨੇ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਕੁੜੀ ਪੋਠੋ ਹਾਰ ਦੀ ਕਵਿਤਾ ਲਿਖੀ ਜੀ। ਕੁੜੀ ਪੋਠੋ ਹਾਰ ਦੀ ਲਿਖੀ ਅਤੇ ਕੁੜੀ ਪੋਠੋ ਹਾਰ ਦੀ ਕਵਿਤਾ ਲਿਖਦੇ ਹਾਂ ਉਦੋਂ ਇਹਨਾਂ ਦਾ ਪ੍ਰਵੇਸ਼ ਹੋਇਆ। ਇਦੋਂ ਪਹਿਲਾਂ ਜਿਹੜਾ ਇਹਨਾਂ ਦਾ ਜੀਵਨ ਸੀ ਨਾ, ਹੁਣ ਦੇਖੋ ਉਹਨਾਂ ਦਾ ਜੀਵਨ ਸੀ ਕਿ ਉਹਨਾਂ ਨੇ ਫਰਨੀਚਰ ਦਾ ਕੰਮ ਕੀਤਾ। ਅੱਛਾ। ਆਪਾਂ ਦੇਖਾਂਗੇ ਫਰਨੀਚਰ ਦਾ ਕੰਮ ਕਿਹੜੇ ਲੇਖਕ ਨੇ ਕੀਤਾ। ਫਰਨੀਚਰ ਤੋਂ ਬਾਅਦ ਉਹਨਾਂ ਨੇ ਸੰਪਾਦਕੀ ਕੀਤੀ ਜੀ, ਸੰਪਾਦਕੀ ਕੀਤੇ ਤੋਂ ਬਾਅਦ ਉਹਨਾਂ ਅਧਿਆਪਕ ਪ੍ਰਾਈਵੇਟ ਨੌਕਰੀ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਦੁਨੀਆ ਦੇ ਇਹੋ ਜਿਹੇ ਟੈਕਨੀਕਲ ਮਕੈਨੀਕਲ ਦੇ ਕਈ ਕੰਮ ਪਾਪੜ ਵੇਲੇ। ਜਦੋਂ ਉਹ ਪਾਪੜ ਵੇਲੇ ਉਹਨਾਂ ਪਾਪੜਾਂ ਨੂੰ ਵੇਲਦਿਆਂ ਵੇਲਦਿਆਂ ਜਦੋਂ ਬੰਦੇ ਇੱਥੇ 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 ਹੁੰਦਾ ਵੀ ਜਦੋਂ ਬੰਦਾ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਾ ਅਤੇ ਮਿਹਨਤ ਕਰਦਾ ਨਾ, ਉਸ ਮਿਹਨਤ ਦੇ ਵਿੱਚ ਜਦੋਂ ਉੱਭਰਦਾ ਨਾ, ਉਹਦੀ ਸ਼ਖਸੀਅਤ ਹੁੰਦੀ ਹੈ ਉਸਦੀ ਕਵਿਤਾ ਦੀ। ਇਸ ਕਰਕੇ ਉਹਦੀਆਂ ਕਵਿਤਾਵਾਂ ਦੇ ਵਿੱਚ ਜਦੋਂ ਇਹ ਚੀਜ਼ ਆਈ ਉਸ ਵੇਲੇ ਫਿਰ ਉਹਨੂੰ ਉਸ ਲੈਂਗੁਏਜ ਉਸ ਚੀਜ਼ ਨੂੰ ਸਥਿਤੀ 'ਚ ਲੈ ਕੇ ਗਈ, ਉਹਨੂੰ ਉੱਚਾ ਤਾਂ ਚੱਕ ਕੇ ਲੈ ਕੇ ਗਈ, ਕਿਉਂਕਿ ਉਹਨੇ ਇਹ ਸਾਰਾ ਕੁਝ ਦੇਖਿਆ ਹੋਇਆ ਸੀ ਜਦੋਂ ਪਹਿਲੀ ਕਵਿਤਾ ਲਿਖਦਾ 1935-37 'ਚ। ਉਸ ਤੋਂ ਬਾਅਦ ਤਾਂ ਫਿਰ ਉਹਦੀ ਲਿਖਤ ਬੰਦ ਹੋਈ ਨਹੀਂ, ਸੰਪਾਦਨ ਦਾ ਕੰਮ ਵੀ ਕੀਤਾ। ਫਿਰ ਉਸ ਵੇਲੇ ਦੇ ਜਿਹੜੇ ਸਮਕਾਲੀ ਸੀ ਉਹ ਉਹਦੇ ਨਾਲ ਜੁੜੇ ਚੀਜ਼ ਜੀ। ਹੁਕਮ ਹਰੀਸ਼ ਜੀ, ਜੇ ਆਪਾਂ ਲਿਖਤਾਂ ਦੀ ਗੱਲ ਕਰ ਰਹੇ ਸੀਗੇ ਤਾਂ ਉਹਨਾਂ ਦੀ ਆਪਾਂ ਸ਼ਾਹਕਾਰ ਜਿਹੜੀ ਰਚਨਾ ਉਹ ਕਿਹੜੀ ਮੰਨ ਸਕਦੇ ਹਾਂ? ਦੇਖੋ ਜੀ, ਸ਼ਾਹਕਾਰ ਰਚਨਾ ਤਾਂ ਉਹਨਾਂ ਮਹਾਂਕਾਵਿ ਹੈ। ਅੱਛਾ ਜੀ। ਅਤੇ ਮਹਾਂਕਾਵਿ ਸੀ ਇਹਨਾਂ ਨੂੰ ਕਾਇਨ। ਅੱਛਾ। ਇਹ ਨਾ ਮਹਾਂਕਾਵਿ ਨਨਕਾਇਨ ਦੀ ਜਿਹੜੀ ਅਸਲ ਵਿੱਚ ਵਿਸ਼ਾ ਵਸਤੂ ਸੀ ਨਾ, ਉਹ ਸਾਰੀ ਸ਼੍ਰੀ ਗੁਰੂ ਨਾਨਕ ਬਾਬਾ ਜੀ 'ਤੇ ਸੀ ਜੀ। ਉਹਨਾਂ ਬਾਬਾ ਜੀ ਦੇ ਜਿਹੜੇ ਪੱਖ ਦਿਖਾਏ ਨਾ, ਜੀਵਨ ਪੱਖ
ਵਿਆਹ ਪੱਕ ਜਿਵੇਂ ਆਪਾਂ ਜਨਮ ਸਾਖੀਆਂ ਨਹੀਂ ਪੜ੍ਹਦੇ, ਹਾਂਜੀ ਜਨਮ ਸਾਖੀਆਂ ਦੇ ਵਿੱਚ ਜਿਵੇਂ ਉਹ ਮੱਝਾਂ ਚਲਾਉਣ ਗਏ ਜੀ, ਉੱਥੇ ਉਹ ਸੌਂ ਗਏ ਜੀ, ਸੱਪ ਨੇ ਛਾਂ ਕਰਤੀ ਜੀ, ਦੇਖੋ ਉਹ ਸਾਖੀਆਂ ਨੇ, ਸਾਖੀਆਂ ਉਹਨਾਂ ਦੀਆਂ ਆਪਣੀਆਂ, ਸਾਖੀਆਂ ਦੇ ਸਿਸਟਮ ਨੂੰ ਸੱਚ ਵੀ ਮੰਨਿਆ ਜਾ ਸਕਦਾ ਕਿਉਂਕਿ ਸਾਖੀਆਂ ਬੜੀਆਂ ਨੇ। ਹੁਣ ਸਾਖੀਆਂ ਵੀ ਸਾਡੇ ਕੋਲ ਚਾਰ ਤਰ੍ਹਾਂ ਦੀ ਹੈ, ਭਾਈ ਬਾਲੇ ਦੀ ਸਾਖੀ, ਪਰੰਪਰਾਗਤ ਸਾਖੀ, ਮਤਲਬ ਸਾਖੀਆਂ ਸਾਡੇ ਕੋਲ ਚਾਰ ਤਰ੍ਹਾਂ ਦੀਆਂ ਆਉਂਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ। ਉਹ ਇਹਨਾਂ ਦਾ ਇੱਕ, ਹੁਣ ਆਪਾਂ ਉਹ ਸਾਖੀਆਂ ਨੂੰ ਪਾਸੇ ਹੜ ਜਾਈਏ, ਆਪਾਂ ਨਨਕਾਣ 'ਤੇ ਚਲੀਏ। ਨਨਕਾਣ ਦੇ ਵਿੱਚ ਇਹਨਾਂ ਨੇ ਕੀਤਾ ਕਿ ਉਹਨਾਂ ਜੀਵਨ ਦੇ ਵਿੱਚ ਜਿਹੜੇ ਬਾਬੇ ਨਾਨਕ ਦੇ ਸਾਰੇ ਫਲਸਫੇ ਜੀਵਨ ਸਾਰਾ ਜੋ ਕੁਛ ਸਟੈਪ ਬਾਈ ਸਟੈਪ ਉਹਨੂੰ ਇੱਕ ਵੱਖਰੇ ਅੰਦਾਜ਼ 'ਚ ਪੇਸ਼ ਜੀ ਜੀ। ਇਹਨੂੰ ਆਪਾਂ ਸੱਜੇ ਪਾਸਿਓਂ ਖੋਲ੍ਹ ਕੇ ਪੜ੍ਹੀਏ ਖੱਬੇ ਵਾਲੇ ਪਾਸੇ, ਇਹਦਾ ਆਨੰਦ ਹੀ ਹੋਰ। ਠੀਕ ਹੈ, ਅਲੱਗ ਅਲੱਗ ਫਲਸਫਾ ਸੀਗਾ, ਉਹ ਸੋ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹਦਾ ਅਨੁਵਾਦ ਵੀ ਸ਼ਾਇਦ ਨਨਕਾਣਾ ਦਾ ਅਨੁਵਾਦ ਵੀ ਇੱਕ ਦੋ ਭਾਸ਼ਾਵਾਂ 'ਚ ਹੋ ਚੁੱਕਾ। ਠੀਕ ਹੈ, ਇਸ ਕਰਕੇ ਆਪਾਂ ਜੇ ਕਹੀਏ ਵੀ ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਹਕਾਰ ਰਚਨਾ ਉਹ ਨਨਕਾਇਨ ਹੀ ਸੀ, ਨਨਕਾਇਨ ਨੂੰ ਅਸੀਂ ਸ਼ਾਹਕਾਰ ਰਚਨਾ ਮਾਰ। ਵੈਸੇ ਤਾਂ ਇਹਨਾਂ ਦੀ ਸ਼ਾਹਕਾਰ ਰਚਨਾ ਕਵਿਤਾ ਕਾਵਿ ਸੰਗ੍ਰਹਿ ਹੈਗੇ ਨੇ, ਪਰ ਉਹਨਾਂ ਤੋਂ ਟੌਪ ਮੋਸਟ ਹੈ ਜਿਹੜੀ ਹੁਣ ਇਹਨਾਂ ਦੀ ਜਿਹੜੀ ਸਾਵੇ ਪੱਤਰ ਕਿਤਾਬ ਹੈ ਉਹ ਮੁੱਢਲੀ ਕਿਤਾਬ, ਅੱਧ ਵਾਟੇ ਲੈ ਲਈਏ, ਕਸੁੰਬੜਾ ਇਹਨਾਂ ਦੀ ਬੜੀ ਵਧੀਆ ਸੀ, ਪਰ ਉਹ ਸ਼ਾਹਕਾਰ ਨਹੀਂ ਹੈ, ਉਹ ਆਪਾਂ ਕਹਿ ਸਕਦੇ ਹਾਂ ਵੀ ਪ੍ਰਸਿੱਧ ਨੇ, ਪਰ ਵਧੀਆ ਨੇ, ਸਮੇਂ ਦਾ ਸਮੇਂ ਦੇ ਮੁਤਾਬਕ ਆਪਣੇ ਸਮੇਂ ਨੂੰ ਗੱਲ ਕਰ ਰਹੀਆਂ ਨੇ। ਪਰ ਨਨਕਾਇਨ ਨੇ ਜਿਹੜੀ ਤੁਹਾਡੀ ਗੱਲ ਦਾ ਜਵਾਬ ਹੈ ਕਿ ਨਨਕਾਇਨ ਹੀ ਸ਼ਾਹਕਾਰ ਰਚਨਾ ਸੀ ਜੀ। ਅਤੇ ਹਰੀ ਜੀ ਪ੍ਰੋਗਰਾਮ ਆਪਣਾ ਜਿਹੜਾ ਸਮਾਪਤੀ ਵੱਲ ਵੱਧ ਰਿਹਾ ਵਾ ਜੀ, ਕੋਈ ਉਹਨਾਂ ਦੀ ਰਚਨਾ ਤੁਹਾਡੇ ਕੋਲ ਹੈ ਜਿਹੜੀ ਸੁਣਾਈ ਜਾ ਸਕਦੀ ਹੈ? ਹਾਂ ਰਚਨਾ ਉਹਨਾਂ ਦੀ ਜੀ, ਤੁਸੀਂ ਹੁਕਮ ਕਰੋ ਆਪਾਂ ਸੁਣਾ ਦਿੰਦੇ ਜੀ, ਕੋਈ ਜਿਹੜੀ ਤੁਸੀਂ ਸਮਝਦੇ ਹੋ। ਵੈਸੇ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੇ ਦੇਸ਼ ਪਿਆਰ 'ਤੇ ਵੀ ਲਿਖੀ। ਅੱਛਾ ਜੀ, ਦੇਸ਼ ਪਿਆਰ 'ਤੇ, ਸਿਪਾਹੀ ਦਾ ਦਿਲ, ਅੰਬੀ ਦਾ ਬੂਟਾ, ਅੰਬੀਆਂ ਦਾ ਬੂਟਾ ਤਾਂ ਨਾਟਕੀ ਹੈ ਵੈਸੇ, ਉਹ ਬਹੁਤ ਸੋਹਣੀ ਚੀਜ਼ ਹੈ, ਅੰਬੀ ਦਾ ਬੂਟਾ ਵੀ ਲੈ ਲਿਆ ਜਾਵੇ ਤਾਂ। ਪਰ ਜਿਹੜੀ ਇਹਨਾਂ ਦੀ ਆਮ ਮਸ਼ਹੂਰ ਸੀ ਨਾ, ਉਹ ਮੈਨੂੰ ਮੇਰੇ ਦਿਮਾਗ 'ਚ ਨਹੀਂ ਆਉਂਦੀ ਕਿ ਜਿਹੜੀ ਜ਼ਿਆਦਾ ਸੀ ਨਾ ਉਹ ਸੀ ਕੁੜੀ 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 ਪੁੱਠੋ ਹਾਰਦੀ ਜੀ, ਜਾਂ ਫਿਰ ਅੰਬੀ ਦਾ ਬੂਟਾ। ਇਹ ਦੋ ਰਚਨਾਵਾਂ ਸੀ, ਇਹਦੇ 'ਚੋਂ ਆਪਾਂ ਇੱਕ ਰਚਨਾ ਦੇਖ ਲੈਂਦੇ ਹਾਂ, ਕੱਢ ਲੈਂਦੇ ਹਾਂ ਆਪਾਂ, ਇਹਦਾ ਦੋ ਤਿੰਨ ਸਟੰਜ ਲੈਂਦੇ ਹਾਂ ਜੀ, ਉਹਦਾ ਤਾਂ ਬਹੁਤ ਲੰਬੀ ਹੈ, 7-8 ਮਿੰਟ 8 ਮਿੰਟ 10 ਮਿੰਟ ਦੀ ਜ਼ਰੂਰਤ ਹੈ, ਆਪਾਂ ਸਟਾਂਜੇ ਲੈਂਦੇ ਇਹਦੇ। ਉਹ ਸਿਰ 'ਤੇ ਚੁੱਕੀ ਘਾਹ ਦੀ ਪੰਡ ਜੀ, ਸਿਰ 'ਤੇ ਚੁੱਕੀ ਪੰਡ ਘਾਹ ਦੀ ਪਹਿਲਾਂ ਪਾਉਂਦੀ, ਦੇਖੋ ਉਹਦੀ ਸੁਪਨ ਦਿਖਾਉਣ ਦੇ ਲਈ ਤੁਰਨ ਨੂੰ ਪਹਿਲਾਂ ਦੱਸ ਰਿਹਾ, ਪਹਿਲਾਂ ਪਾਉਂਦੀ ਝੋਲੇ ਖਾਂਦੀ, ਆਈ ਕੁੜੀ ਪੁੱਠੋ ਹਾਰ ਗਈ। ਪੁੱਠੋ ਹਾਰ ਨਾ ਇੱਕ ਇਲਾਕਾ ਇਲਾਕਾ ਹੈ, ਉਹਦੇ ਵਿੱਚ ਬੜੀ ਖਾਸੀਅਤ ਹੈ, ਜਿਵੇਂ ਆਪਾਂ ਕਸ਼ਮੀਰ ਸ਼ਬਦ ਕਹਿੰਦੇ ਹਾਂ, ਕਸ਼ਮੀਰ ਦੇ ਵਿੱਚ ਜੋ ਜਾਂਦੇ ਨਾ, ਅਤੇ ਆਪਾਂ ਆਮ ਜਿਹੜੀ ਕਸ਼ਮੀਰ ਦੀ ਪ੍ਰਸ਼ੰਸਾ ਤਾਂ ਕਰਦੇ ਹੀ ਹਾਂ ਵੀ ਆਹ ਦੇਖੋ ਜੀ ਉਹਦਾ ਨਹਿਰ ਦੇਖੋ, ਝਰਨੇ ਦੇਖੋ, ਆ ਬੋਟਿੰਗ ਹੋ ਰਹੀ ਹੈ, ਉੱਥੋਂ ਦੀ ਕੁੜੀਆਂ ਵੀ ਕਸ਼ਮੀਰੀ ਮੰਨੀਆਂ ਜਾਂਦੀਆਂ ਵੀ ਇਹ ਕਸ਼ਮੀਰੀ ਕੁੜੀਆਂ। ਪੁੱਠੋ ਹਾਰ ਦੇ ਵਿੱਚ ਸਿਫਤ ਹੁੰਦੀ ਸੀ ਕਿ ਜਿਹੜੀਆਂ ਔਰਤਾਂ ਸੀ ਨਾ ਪੁੱਠੋ ਹਾਰ ਦੀਆਂ, ਉਹ ਮਿਹਨਤੀ ਬਹੁਤ ਸੀ, ਹੁਣ ਤਾਂ ਰਾਜਸਥਾਨ ਦੀਆਂ ਲੈ ਲਓ, ਉਹ ਬੰਦੇ ਬੈਠੇ ਉੱਪਾ ਪੀਤੀ ਜਾਂਦੇ ਨੇ, ਉਹ ਕੰਮ ਕਰਦੀਆਂ। ਹਾਂਜੀ, ਇਸੇ ਤਰ੍ਹਾਂ ਪੁੱਠੋ ਹਾਰ ਦਾ ਇਲਾਕਾ ਸੀਗਾ। ਸਾਵੇ ਸਾਵੇ ਧਾਰੀ ਖੱਬੇ ਵਿੱਚ ਦੀ ਝਾਕਣ ਨੀਲੇ ਪੀਲੇ ਫੁੱਲ ਪਟਾਕੀ ਤੇ ਸਰਸੋਂ ਦੇ, ਵਾਹ ਸਾਰੀਆਂ ਗੱਲਾਂ ਲੈ ਗਿਆ ਨਾ ਵੀ ਉਹ ਪੰਡ ਦੇ ਵਿੱਚੋਂ ਘਾਹ ਦੇ ਜਿਹੜੇ ਉਹ ਵੀ ਖਿਸਕ ਰਿਹਾ, ਫੁੱਲ ਵੀ ਨਜ਼ਰ ਆ ਰਹੇ, ਸਾਵੇ ਸਾਵੇ ਨਜ਼ਰ ਵੀ ਆ ਰਹੇ ਨੇ, ਹਰੀਆਂ ਹਰੀਆਂ ਲੰਮੀਆਂ ਲੰਮੀਆਂ ਘਰ ਦੀਆਂ ਤਲੀਆਂ, ਸਾਰੀਆਂ ਤਲੀਆਂ ਠੀਕ ਨਹੀਂ, ਲਮਕ ਲਮਕ ਕੇ ਮੂੰਹ 'ਤੇ ਪਈਆਂ। ਉਹ ਇੱਕ ਦ੍ਰਿਸ਼ ਦਿਖਾ ਰਿਹਾ ਵੀ ਪਿੰਡ ਚੱਕ ਪੰਡ ਚੱਕੀ ਹੋਈ ਹੈ ਅਤੇ ਉਹ ਝੋਲੇ ਖਾਂਦੀ ਪਹਿਲਾਂ ਪਾਉਂਦੀ ਥੋੜ੍ਹੀ ਜਿਹੀ, ਅਤੇ ਉਹਦੇ ਮੂੰਹ 'ਤੇ ਘਾਹ ਡਿੱਗ ਰਿਹਾ। ਦ੍ਰਿਸ਼ ਨੂੰ ਦੇਖੋ ਕਿੰਨਾ ਮਤਲਬ ਵਧੀਆ ਦਿਖਾ ਰਿਹਾ। ਸੋ ਘੁੰਗਟ ਵਾਂਗੂ ਜੀ ਘਾਹ ਦਾ ਘੁੰਗਟ, ਦ੍ਰਿਸ਼ਟਾਂਤ ਦੇਖੋ, ਬਿੰਬ ਦੇਖੋ, ਪ੍ਰਤੀਕ ਦੇਖੋ, ਸ਼ੈਲੀ ਦੇਖੋ, ਸਾਰਾ ਕੁਛ ਇਹ ਇਸ ਕਵਿਤਾ ਦੇ ਵਿੱਚ ਆ ਜਾਂਦਾ। ਆਪਾਂ ਕਹਿੰਦੇ ਪ੍ਰਤੀਕ ਦੇਖੋ, ਪ੍ਰਤੀਕ ਕਿਹੜਾ ਤਗੜਾ ਚੱਕਦਾ ਪਿਆ, ਐਸਾ ਜਾਲ
ਉਹਨਾਂ ਨੇ ਸੁਣਿਆ ਚਿਨਕਣਾ ਪਈ ਨੁਹਾਰ ਦੀ ਕੁੜੀ ਪੁੱਠਵਾਰ ਜੀ। ਦੇਖੋ ਇੱਕ ਆਮ ਆਦਮੀ ਇਸ ਚੀਜ਼ ਨੂੰ, ਇੱਕ ਕੁੜੀ ਇੱਕ ਘਰ ਦੀ ਪਾਣੀ ਚੱਕ ਕੇ ਜਾ ਰਹੀ ਹੈ, ਉਹਨੂੰ ਉਹਨੂੰ ਤਾਂ ਕੋਈ ਆਪਾਂ ਕਹਿੰਦੇ ਘਰ ਦੀ ਪਾਣੀ ਚੱਕੀ ਜਾਂਦੀ ਹੈ, ਬੜੇ ਮਿਹਨਤੀ ਨੇ। ਹੁਣ ਉਹ ਇਸ ਦ੍ਰਿਸ਼ਟੀਕੋਣ ਨੂੰ ਇੱਕ ਘਰ ਦੀ ਪੰਡ ਕੁੜੀ ਚੁੱਕੀ ਜਾਂਦੀ ਹੈ, ਅਤੇ ਉਹ ਇੰਨਾ ਉਹਨੂੰ ਬਰਤਾਨ ਦੇਖੇ ਕਿ ਉਹਦੇ ਮੂੰਹ 'ਤੇ ਘੁੰਡ ਕੱਢਿਆ ਘਾਹ ਦਾ ਜੀ, ਉਹਦੇ 'ਚ ਫੁੱਲ ਡਿੱਗੇ ਨੇ, ਘਾਹ ਡਿੱਗਿਆ ਹੈ। ਉਹ ਉਹ ਉਸ ਇਹ ਜਿਹੜੀ ਉਹਦੀ ਕਵਿਤਾ ਹੈ ਨਾ, ਇਹ ਬਹੁਤ ਮਸ਼ਹੂਰ ਕਵਿਤਾ ਹੈ, ਅਤੇ ਅੰਮੀ ਦਾ ਬੂਟਾ ਵੀ ਬਹੁਤ ਮਸ਼ਹੂਰ ਕਵਿਤਾ ਹੈ। ਸੋ ਰਚਨਾਵਾਂ ਤਾਂ ਜੇ ਉਹਨਾਂ ਦੀ ਆਪਾਂ ਲਈਏ ਤਾਂ ਉਹਨਾਂ ਦੀ ਕਿਤਾਬ ਖੋਲ੍ਹ ਲਈ, ਸਾਵੇ ਪੱਤਰ ਖੋਲ੍ਹ ਲਈਏ, ਕੱਚ ਕੱਢ ਲਈਏ, ਕੱਚ ਕੱਢ ਲਈਏ, ਅਲਵਾਟੇ ਕੱਢ ਲਈਏ, ਤਾਂ ਮੇਰਾ ਖਿਆਲ ਕੋਈ ਕਵਿਤਾ ਇਹੋ ਜਿਹੀ ਨਹੀਂ ਜਿਹਦਾ ਵਿਸ਼ਲੇਸ਼ਣ ਜਾਂ ਵਿਆਖਿਆ ਵੱਖਰੀ ਨਾ ਹੋਵੇ, ਜਿਹਦੀ ਸ਼ੈਲੀ ਵੱਖਰੀ ਨਾ ਹੋਵੇ, ਅਤੇ ਜਿਹਦਾ ਦ੍ਰਿਸ਼ਟਾਂਤ ਜਾਂ ਬਿੰਬ ਜਾਂ ਪ੍ਰਤੀਕ ਅਲੱਗ ਨਾ ਹੋਣ ਪਾਉਂਦੀਆਂ। ਸੋ ਉਹ ਆਪਣੇ ਜ਼ਮਾਨੇ ਦਾ ਇੱਕ ਵਧੀਆ ਕਵੀ ਸੀ, ਜਿਹਨੇ ਮਿਹਨਤ ਵੀ ਕੀਤੀ, ਅਧਿਆਪਨ ਦਾ ਕੰਮ ਵੀ ਕੀਤਾ, ਸਾਹਿਤਕਾਰ ਵੀ ਬਣਿਆ, ਕਵੀ ਵੀ ਬਣਿਆ। ਉਹਨੇ ਬਚਪਨ ਦੇ ਵਿੱਚ ਪਾਪੜ ਵੀ ਵੇਲੇ, ਯਾਨੀ ਕਿ ਅਸਲ ਮਨੁੱਖ ਦੀ ਜ਼ਿੰਦਗੀ ਯਥਾਰਥ ਦੀ ਧਰਤੀ 'ਤੇ ਜੀ ਕੇ ਵੀ ਕਵੀ ਬਣਿਆ ਜੀ। ਕਈ ਤਾਂ ਕਲਪਨਾ 'ਚ ਜੀ ਜੀਂਦੇ ਨੇ ਕਵੀ ਬਣਦੇ ਨੇ, ਕਈ ਧਰਤੀ 'ਤੇ ਜੀ ਕੇ ਕਵੀ ਬਣਦੇ ਨੇ। ਪ੍ਰੋਫੈਸਰ ਮੋਹਨ ਸਿੰਘ ਯਥਾਰਥ 'ਤੇ ਰਹਿ ਕੇ ਵੀ ਯਾਨੀ ਕਿ ਆਧੁਨਿਕ ਕਵੀ, ਕਲਪਨਾ ਦਾ ਆਧੁਨਿਕ ਕਵੀ ਬਣ। ਬਹੁਤ ਵਧੀਆ ਜੀ, ਠੀਕ ਹੈ ਜੀ। ਹਰੀਸ਼ ਜੀ ਧੰਨਵਾਦ ਆਪ ਜੀ ਦਾ ਬਹੁਤ ਬਹੁਤ। ਤੁਹਾਡਾ ਹੈ ਜੀ, ਤੁਹਾਡਾ ਸ਼ੁਕਰਗੁਜ਼ਾਰ ਜੀ ਅਸੀਂ ਤਾਂ, ਕਿ ਤੁਸੀਂ ਇੰਨਾ ਸਾਨੂੰ ਪਲੇਟਫਾਰਮ ਦਿੰਦੇ ਹੋ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਰੋਤਿਆਂ ਵਾਸਤੇ ਜਾਂ ਦਰਸ਼ਕਾਂ ਵਾਸਤੇ ਵੀ ਇਹ ਗੱਲ ਜਿਹੜੀ ਅਸੀਂ ਉਹਨਾਂ ਨੂੰ ਕੋਈ ਨਵੀਂ ਦੱਸ ਸਕੀਏ। ਕਿਤਾਬਾਂ 'ਚ ਤਾਂ ਆਮ ਕੋਈ ਪੜ੍ਹ ਲਏਗਾ, ਕਿਤਾਬਾਂ ਸਾਨੂੰ ਸਿਲੇਬਸ 'ਚ ਵੀ ਲੱਗੀਆਂ ਹੋਈਆਂ। ਮੋਹਨ ਸਿੰਘ ਨੂੰ ਗੂਗਲ ਚਲੇ ਜਾਓ, ਗੂਗਲ 'ਤੇ ਜਾ ਕੇ ਫਰੋਲ ਲਓ ਮੋਹਨ ਸਿੰਘ ਨੂੰ, ਪਰ ਸਾਡਾ ਮਨ ਹੁੰਦਾ ਜਾਂ ਸਾਡਾ ਵਿਚਾਰ ਹੁੰਦਾ, ਅਸੀਂ ਚਾਹੁੰਦੇ ਹਾਂ ਕਿ ਸਰੋਤੇ ਨੂੰ ਕੋਈ ਨਵੀਂ ਚੀਜ਼ ਦੱਸੀਏ, ਸਰੋਤੇ ਨੂੰ ਕੋਈ ਅਸੀਂ ਨਵੀਂ ਗੱਲ ਦੱਸੀਏ ਲੇਖਕ ਦੀ। ਜਿਵੇਂ ਹੁਣ ਦੇਖੋ ਇੱਕ ਗੱਲ ਹੋਰ ਹੈ ਜੀ, ਪ੍ਰੋਫੈਸਰ ਮੋਹਨ ਸਿੰਘ ਪਿਆਰਵਾਦੀ ਕਵੀ ਕਿਉਂ ਕਿਹਾ ਜਾਂਦਾ? ਅਸਲ ਦੇ ਵਿੱਚ ਇਹਦੀ ਪਹਿਲੀ ਪਤਨੀ ਸੀ ਨਾ ਜਿਹੜੀ ਸੀ ਬਸੰਤ ਕੌਰ। ਅੱਛਾ। ਉਹ ਜਦੋਂ ਬਸੰਤ ਕੌਰ ਮਰ ਗਈ ਜੀ, ਤਾਂ ਇਹ ਉਹਦੇ 'ਤੇ ਕਵਿਤਾ ਲਿਖ ਲਿਖ ਕੇ ਸ਼ਾਇਰ ਬਣ ਗਿਆ। ਉਹ ਕਹਿੰਦਾ, ਦੇਖ ਬਸੰਤ ਕਾਵ ਅੰਦਰ ਮੈਂ ਦੱਸੀ ਪੀੜ ਹੀਰ ਦੀ। ਆਪਣੀ ਬਸੰਤ ਕੌਰ ਯਾਨੀ ਪਤਨੀ ਨੂੰ ਕਹਿ ਰਿਹਾ ਗਿਆ, ਦੇਖ ਬਸੰਤ ਕਾਵ ਅੰਦਰ ਮੈਂ ਦੱਸੀ ਪੀੜ ਹਜ਼ਰ ਦੀ, ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਮੈਂ ਨਾ ਮਰਦੀ। ਵੀ ਕਹਿੰਦੇ ਜੇ ਮੇਰੀ ਪਤਨੀ ਨਾ ਮਰਦੀ ਤਾਂ ਮੈਂ ਸ਼ਾਇਰ ਹੀ ਨਹੀਂ ਸੀ ਬਣਨਾ ਜੀ। ਉਸ ਤੋਂ ਬਾਅਦ ਇਹਦਾ ਦੂਸਰੀ ਪਤਨੀ ਸੁਰਜੀਤ ਕੌਰ ਸੀ, ਜਿਹਦੇ ਜੋ ਬੱਚੇ ਸੀ ਸਾਰਾ ਕੁਛ ਸੀ, ਲੇਕਿਨ ਉਹ ਫਿਰ ਜਿਹੜਾ ਉਹਨੂੰ ਪ੍ਰਵੇਸ਼ ਜਿਹੜਾ ਕੀਤਾ ਨਾ, ਉਹ ਬਸੰਤ ਕੌਰ ਦੇ ਮਰਨ 'ਤੇ ਹੀ ਕੀਤਾ। ਇਸ ਕਰਕੇ ਉਹਦੇ ਅੰਦਰ ਪਿਆਰ ਦੀ ਕਵਿਤਾ ਤਾਂ ਨੈਚੁਰਲ ਹੋਏਗੀ ਨਾ, ਪਿਆਰ ਦੀ ਕਵਿਤਾ ਅਤੇ ਸਮਾਜ ਦੇ ਵਿੱਚ ਕ੍ਰਾਂਤੀ ਦੀ ਕਵਿਤਾ ਆਉਣੀ। ਜਦੋਂ ਉਹਨੇ ਇੰਨਾ ਸਮਾਂ ਦੇਖ ਲਿਆ, 70 ਤੱਕ ਗਿਆ, 70 ਦੇ ਵਿੱਚ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿੰਨੇ ਦੌਰ ਆਏ ਨੇ ਜੀ, ਇਸ ਕਰਕੇ ਕ੍ਰਾਂਤੀਕਾਰੀ। ਵੈਸੇ ਆਪਾਂ ਕੁੱਲ ਬੁਲਾ ਕੇ ਪੰਨੂ ਸਾਹਿਬ ਉਹਨਾਂ ਨੂੰ ਪ੍ਰਗਤੀਵਾਦੀ, ਰੋਮਾਂਸਵਾਦੀ, ਪਿਆਰਵਾਦੀ ਅਤੇ ਕ੍ਰਾਂਤੀਵਾਦੀ ਕਵੀ ਕਹਿ ਸਕਦੇ ਹਾਂ। ਉਹ ਵੀ ਮੁੱਢਲਾ ਦੂਜੀ ਪੀੜ ਦਾ ਆਧੁਨਿਕ ਕਵੀ ਪ੍ਰੋਫੈਸਰ ਮੋਹਨ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਦਰਸ਼ਕੋ, ਇਸ ਪ੍ਰੋਗਰਾਮ ਯਾਦਾਂ ਦੇ ਪੱਤਰ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਪੁਰਾਣੇ ਸ਼ਾਇਰ ਨੇ, ਪੁਰਾਣੇ ਸਾਡੇ ਲਿਖਾਰੀ ਨੇ, ਉਹਨਾਂ ਦੇ ਬਾਰੇ ਗੱਲ ਕਰਿਆ ਕਰਦੇ ਹਾਂ। ਸਾਡਾ ਕਹਿਣ ਦਾ ਮਤਲਬ ਅਤੇ ਪ੍ਰੋਗਰਾਮ ਦਾ ਇਹੀ ਮਤਲਬ ਹੈ, ਕਈ ਵਾਰ ਆਪਾਂ ਨਾਂ ਤਾਂ ਸੁਣੇ ਹੁੰਦੇ ਨੇ ਸਾਹਿਤਕਾਰਾਂ ਦੇ, ਉਹਨਾਂ ਨੇ ਲਿਖਿਆ ਕੀ ਆ, ਉਹਨਾਂ ਦੀਆਂ ਕਿਤਾਬਾਂ ਕਿੰਨੀਆਂ ਕਾ, ਅਤੇ ਸ਼ਾਇਦ ਕਈ ਵਾਰ ਪ੍ਰੋਗਰਾਮ ਸੁਣ ਕੇ ਹੀ ਕਈ ਵਾਰ ਮਨ ਦੇ ਵਿੱਚ ਚਾਹਨਾ ਜਾਗਦੀ ਆ, ਚਲੋ ਜਿਸ ਤਰ੍ਹਾਂ ਦੇ ਉਹਨੂੰ ਪੜ੍ਹੀ ਜਾਂਦੀ ਉਹਨੂੰ ਪੜ੍ਹੀਏ।
ਕਿਉਂਕਿ ਪੜ੍ਹਨ ਵਾਸਤੇ ਅੱਜ ਕੱਲ੍ਹ ਆਪਾਂ ਨੂੰ ਗੂਗਲ 'ਤੇ ਵੀ ਮਿਲ ਜਾਂਦਾ ਬਹੁਤ ਕੁਛ, ਅਤੇ ਜਦੋਂ ਮਨ ਦੇ ਵਿੱਚ ਚਾਹਨਾ ਜਾਗ ਪਏ, ਕਈ ਵਾਰ ਬੜੀਆਂ ਕਵਿਤਾਵਾਂ ਬੜੀਆਂ ਕਿਤਾਬਾਂ ਸ਼ਾਇਰਾਂ ਲਿਖੀਆਂ ਹੁੰਦੀਆਂ, ਸਾਰੀਆਂ ਬਾਰੇ ਆਪਾਂ ਨਹੀਂ ਪਤਾ ਹੁੰਦਾ। ਸਾਡਾ ਇਸੇ ਕਰਕੇ ਹੀ ਇਹ ਸਾਰਾ ਕੁਛ ਦੱਸਣ ਦਾ ਮਤਲਬ ਕਿ ਯਾਦਾਂ ਦੇ ਪੱਤਰ, ਕਿ ਉਹਨਾਂ ਨੂੰ ਯਾਦ ਕੀਤਾ ਜਾਵੇ ਕਿ ਉਹਨਾਂ ਨੇ ਕੀ ਲਿਖਿਆ, ਕੀ ਉਹਨਾਂ ਦੇ ਮਨ ਦੇ ਵਲਵਲੇ ਸੀ, ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਹਾਂ। ਸੋ ਮੈਨੂੰ ਸੰਤੋਖ ਸਿੰਘ ਪੰਨੂ ਨੂੰ ਅਤੇ ਹਰੀਸ਼ ਪ੍ਰਭੂ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।